ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾਹਿ ਖੁੱਲ ਕੇ ਜੁੜੋ ਵਾਹਿਗੁਰੂ 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 ਖੁੱਲੋ ਖੁੱਲੋ ਖੁੱਲ ਕੇ ਬੋਲੋ ਵਾਹਿਗੁਰੂ 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 ਜੁੜੋ ਜੀ ਜੁੜੋ ਜੁੜੋ ਭਾਗਾਂ ਵਾਲੀ ਘੜੀ ਆਈ ਵਾਹਿਗੁਰੂ 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 ਜੁੜੋ ਜੀ ਜੁੜੋ 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 ਸਮਾਧੀਆਂ ਲਾਓ ਸਮਾਧੀਆਂ ਭੱਜੇ ਫਿਰਦੇ ਮਨ ਨੂੰ ਟਿਕਾਓ ਵਾਹਿਗੁਰੂ 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 ਫਿਰ ਥੱਲੇ ਹੋ ਜਾਂਦਾ ਢਿੱਲਾ ਇੱਕ ਦਿਨ ਜਪੋ ਜੀ ਜਪੋ ਲਾਈਨ 'ਚ ਲੱਗੇ ਵੀ ਜਪੋ ਵਾਹਿਗੁਰੂ 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 ਬੰਦਨ ਅਨਕਬਾਰ
ਹੱਥ ਜੋੜੋ ਜੀ ਸਾਰੇ, ਸਿਰ ਨਵਾਓ ਜਗਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਅੱਗੇ, ਸਿਰ ਨਵਾ ਕੇ ਸਾਰੇ ਹੀ ਪੜੋ। ਡੰਡੋਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ, ਦੇ ਕਰ ਹੱਥ ਨਾਨਕ, ਦੇ ਕਰ ਹੱਥ ਨਿਰਗੁਣਿਆਰ ਅਣਿਆ, ਸੋ ਪ੍ਰਭ ਸਦਾ ਜਿਨ ਕੀ ਆਤ ਸਚੀਤ ਰੱਖ, ਨਾਨਕ ਨਿਭਹੀ ਨਾਲ ਅਗਮ ਅਗੋਚਰ, ਸੱਚ ਸਾਹਿਬ ਮੇਰਾ, ਸੱਚ ਸਾਹਿਬ ਮੇਰਾ, ਗੁਰੂ ਗ੍ਰੰਥ ਸਾਹਿਬ ਜੀ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਤਰਲਾ ਪਾਓ। ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਦੇਹੋ ਹਉ ਆਇਆ ਦੂਰੋਂ ਚੱਲ ਕੇ, ਹਉ ਆਇਆ ਦੂਰੋਂ ਚੱਲ ਕੇ, ਹਉ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਪਿਤਾ ਜੀ ਆਪ ਜੀ ਨੇ ਬਖਸ਼ਿਸ਼ ਕੀਤੀ, ਤੁਸੀਂ ਨਾਮ ਦਾ ਧਨ ਮੈਨੂੰ ਬਖਸ਼ਿਆ। ਇਸ ਸ੍ਰਿਸ਼ਟੀ ਦੇ ਅਨੰਤ 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 ਉਹ ਰੂਹਾਂ ਨੇ ਜਿਨ੍ਹਾਂ ਕੋਲ ਨਾਮ ਦਾ ਧਨ ਹੈ ਨਹੀਂ, ਮਗਰ ਤੁਸੀਂ ਮੇਰੇ 'ਤੇ ਮਿਹਰਬਾਨ ਹੋਏ। ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਤੁਸੀਂ ਮੇਰੇ ਸਤਿਗੁਰਾਂ ਨੇ ਮੇਰੀ ਝੋਲੀ ਦੇ ਵਿੱਚ ਨਾਮ ਦਾ ਧਨ ਪਾਇਆ। ਜੇ ਤੁਸੀਂ ਦਰਸ਼ਨ ਕਰੋ ਗੁਰਬਾਣੀ ਦੇ, ਤਾਂ ਇੱਕ ਦੱਸਿਆ ਕੱਚਾ ਧਨ, ਆਖੋ ਕਿਹੜਾ? ਕੱਚਾ ਧਨ ਮੂਰਖ ਇਕੱਠਾ ਕਰਦੇ, ਮੂਰਖ ਇਕੱਠਾ ਕਰਦੇ। ਬਸ ਇੱਕ ਹੈ ਸੱਚਾ ਧਨ, ਦੋਵੇਂ ਸਾਹਮੋ ਸਾਹਮਣੇ ਲਿਆਂਦੇ ਸਾਹਿਬ ਤੀਸਰੇ ਪਾਤਸ਼ਾਹ ਨੇ।
ਇੱਕ ਕੱਚਾ ਹੈ ਜਿਹੜਾ ਆਪਣੀ ਬੁੱਧੀ ਅਤੇ ਚਾਤਰੀ ਨਾਲ ਕਮਾਇਆ ਜਾਂਦਾ ਅਤੇ ਸੱਚੀਮੁੱਚੀ ਲੋਕ ਬਹੁਤ ਕਮਾਉਂਦੇ। ਜਿੰਨਾ ਕੋਈ ਬੁੱਧੀਮਾਨ ਉਨੇ ਪੈਸੇ ਕਮਾ ਸਕਦਾ ਹੈ। ਪੱਖ ਵਾਹਿਗੁਰੂ। ਇੱਕ ਹੈ ਸੱਚਾ ਦਾਨ। ਸੱਚਾ ਦਾਨ ਆਪਣੀ ਬੁੱਧੀ ਨਾਲ ਨਹੀਂ ਕਮਾਇਆ ਜਾ ਸਕਦਾ, ਉੱਥੇ ਗੁਰੂ ਦੀ ਬੁੱਧੀ ਲੈਣੀ ਪੈਂਦੀ, ਗੁਰੂ ਦੀ ਮੱਤ ਨਾਲ ਮਿਲਦਾ ਹੈ ਸੱਚਾ ਧਨ। ਫਿਰ ਕਿੰਨੇ ਦੂਰ ਗਏ ਸੋ ਵਿੱਚੋਂ। ਸੱਚਾ ਧਨ ਗੁਰਮਤੀ ਪਾਏ, ਉਹ ਆਪਣੀ ਬੁੱਧੀ ਨਾਲ ਨਹੀਂ ਮਿਲਦਾ, ਤੁਸੀਂ ਇਕੱਠਾ ਕਰ ਵੀ ਨਹੀਂ ਸਕਦੇ। ਸੱਚਾ ਧਨ ਗੁਰਮਤੀ ਪਾਏ, ਗੁਰੂ ਦੀ ਮੱਤ ਨਾਲ ਮਿਲਦਾ ਹੈ। ਪੱਕਾ ਨੋਟ ਕਰ ਲਿਆ ਜੀ ਇਹਨੂੰ, ਤੁਸੀਂ ਆਪਣੀ ਬੁੱਧੀ ਨਾਲ ਇਕੱਠਾ ਨਹੀਂ ਕਰ ਸਕਦੇ। ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਹੋ, ਆਖੋ ਵਾਹਿਗੁਰੂ, ਅਤੇ ਬਹੁਤ ਸਾਰੇ ਲੋਕ ਕਹਿੰਦੇ ਆ, ਮਗਰ ਮੱਤ ਵਿੱਚ ਆਪਣੀ ਹੈ, ਮੱਤ ਵਿੱਚ ਆਪਣੀ। ਇਕੱਠਾ ਉਦੋਂ ਹੋਵੋ ਜਦੋਂ ਗੁਰ ਕੀ ਮੱਤ ਤੋਂ ਇਹ ਆਣੀ ਜਿੰਦ ਗੁਰੂ ਤੋਂ ਮੱਤ ਲਓਗੇ, ਨਹੀਂ ਤਾਂ ਮੇਰੀ ਇਹ ਜਿੰਦੇ ਭਗਤ ਬਿਨਾਂ ਬਹੁ ਡੁੱਬੇ। ਸਿਆਣਪ ਵਾਲਾ ਬੰਦਾ ਇਸ ਰਾਹ ਦੇ ਉੱਤੇ ਡੁੱਬ ਜੂਗਾ। ਨੋਟ ਕਰ ਰਹੇ ਹੋ ਕਿ ਨਹੀਂ, ਪਤਾ ਲੱਗ ਰਿਹਾ ਜੀ ਕਿ ਸਿਆਣਪ ਵਾਲਾ ਬੰਦਾ ਨਾਮ ਜਪਦਾ ਜਪਦਾ ਵੀ ਡੁੱਬ ਜੂ। ਕਿਉਂ? ਬੁੱਧੀ ਆਪਣੀ 'ਚ, ਆਪਣੀ 'ਚ ਮਸਤ ਹੈ। ਤੁਸੀਂ ਮੈਨੂੰ ਕੀ ਸਿਖਾਉਣਾ, ਮੈਂ ਤਾਂ ਸਿੱਖਿਆ ਹੀ ਹਾਂ। ਗੁਰ ਕੀ ਮੱਤ ਤੂੰ ਕਿਹਨੂੰ ਕਹਿ ਰਹੇ ਹੋ? ਨਹੀਂ, ਆਪਣੇ ਆਪ ਨੂੰ ਕਹੋ। ਕਹੋ ਜੀ ਮੈਂ ਆਪਣੇ ਆਪ ਨੂੰ ਕਹਿ ਰਿਹਾ ਵੀ ਇਸ ਰਾਹ 'ਤੇ ਤੁਰਨ ਲੱਗੀ ਆਪਣੀ ਬੁੱਧੀ ਨਾ ਵਰਤੀ। ਛੱਡ ਸਿਆਣਪ ਸਗਲੀ ਮਨਾ, ਬੋਲੋ ਹਾਂ, ਛੱਡ ਸਿਆਣਪ ਸਗਲੀ ਮਨਾ, ਛੱਡ ਸਾਧ ਸੰਗ ਭਾਵੇਂ ਸੱਚ ਧਨਾ, ਸਾਧ ਮਤ ਛੱਡਦੇ ਸੰਗਤ ਵਿੱਚ ਬਹਿ ਕੇ ਜਪ ਵਾਹਿਗੁਰੂ 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 ਵਾਹਿ, ਇਹ ਗੁਰੂ ਦੀ ਮੱਤ ਹੈ। ਸੰਗਤ ਵਿੱਚ ਬਹਿ ਕੇ ਜਪਣਾ ਕੋਈ ਯੁਕਤੀ ਨਹੀਂ, ਕੋਈ ਰਾਹ ਨਹੀਂ। ਥੋੜ੍ਹਾ ਜਿਹਾ ਹੋਰ ਖੁੱਲੋ। ਹਾਂ ਹਾਂ ਹਾਂ, ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਤੋ ਨਿਜ ਗੁਰੂ ਵਾਹਿਗੁਰੂ 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 ਜੀਓ ਜਿਉਂਦੇ ਰਹੋ ਜਿਉਂਦੇ ਰਹੋ ਜੀਵਤ 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 ਰਹੋ ਕਿਤੇ ਵਿਚਾਰ ਬੰਦ ਕਰਦਾ ਮੇਰਾ ਗੁਰੂ ਨਾਨਕ ਤਰਲਾ ਪਾਓ ਵਾਹਿਗੁਰੂ 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 ਧੀ ਆਵਾਜ਼ ਘੱਟ ਆ ਰਹੇ ਬੱਚਿਓ ਵਾਹਿਗੁਰੂ 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 ਪਿੱਛੇ ਆਉਣ ਦੀ ਨਾ ਸੋਚਿਓ, ਲੱਗੇ ਰਹੋ ਕਿਤੇ ਕੁਦਰਤ ਸਾਰਾ ਜੀਵਨ ਲਾ ਲੈ, ਹੱਥ ਜੋੜੋ ਵਾਹਿਗੁਰੂ 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 ਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀ ਦਿਰਲਤਾ ਨਾਲ ਕਿਹਾ, ਬੜੀ ਦਿਰਲਤਾ ਨਾਲ ਕਿਹਾ ਵੀ ਨਾਮ ਜਪੇਗਾ ਨਾ ਅਤੇ ਗੁਰੂ ਦੀ ਮੱਤ ਲਿਖ ਕੇ ਜਪੀ, ਸੱਚਾ ਤਨ ਸ਼ਾਬਾਸ਼, ਸਾਰੇ ਬੋਲਿਆ ਕਰੋ।
ਹਾਜ਼ਰ ਰਹੋ। ਜਿੰਨੀ ਬਾਣੀ ਨਾਲ ਬੋਲੋਗੇ, ਜੇ ਕਦੀ ਬਾਣੀ ਕੰਠ ਹੋ ਗਈ, ਇੱਥੇ ਰਹਿੰਦੇ ਹੋਏ ਸ਼ਹਿਨਸ਼ਾਹ ਬਣ ਜਾਓਗੇ। ਅੱਖੋ ਵੇਖ ਤੁਸੀਂ ਕਿਸੇ ਹਾਜ਼ਰ ਰਹੋ, ਤੁਸੀਂ ਕਿਸੇ ਮਾਇਆਧਾਰੀ ਨੂੰ ਕਹੋ ਇਹ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਪਕੜ ਰਹੇ ਹੋ? ਕੋਈ ਬੰਦਾ ਮਾਇਆ 'ਚ ਬਹੁਤ ਵੱਡਾ ਹੋਵੇ ਅਤੇ ਤੁਸੀਂ ਕਹਿ ਜਾਓ ਇਹ ਬਹੁਤ ਵੱਡਾ ਹੈ, ਉਹਦੇ ਵੱਡੇ ਕਹਿਣ ਨਾ। ਨਹੀਂ ਨਹੀਂ, ਹਾਂ ਵੀ ਨਹੀਂ, ਕੌਣ? ਨਹੀਂ, ਮੈਂ ਵੱਡਾ ਨਹੀਂ ਹੋ ਸਕਦਾ, ਉਹ ਤਾਂ ਵੱਡਾ ਹੈਗਾ ਹੈ। ਪਕੜ ਰਹੇ ਹੋ ਜੀ? ਉਹ ਤਾਂ ਮੈਂ ਕਹਿ ਜਾਵਾਂ ਜੀ ਇਹ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ, ਮੇਰੇ 'ਚ ਕੋਈ ਫਰਕ ਨਹੀਂ ਪਿਆ, ਮੈਂ ਜਿੱਥੇ ਖਲੋਤਾ ਉੱਥੇ ਹੀ ਹਾਂ। ਪਕੜ 'ਚ ਆਇਆ ਜੀ ਕਿ ਨਹੀਂ? ਮਹਿੰਗਾ ਸਿੰਘ ਜੀ, ਮੈਂ ਜਿੱਥੇ ਖਲੋਤਾ ਸਾਂ, ਕਿਸੇ ਨੂੰ ਕਹੋ ਇਹ ਬਹੁਤ ਸਿਆਣਾ ਹੈ, ਉਹਨੂੰ ਕਹਿ ਕਹਿ ਕੇ ਸਾਰਾ ਜੀਵਨ ਕਹਿੰਦੇ ਰਹੋ ਇਹ ਬੰਦਾ ਬਹੁਤ ਸਿਆਣਾ ਹੈ। ਤੁਸੀਂ ਸਿਆਣੇ ਨਹੀਂ ਹੋਣ ਲੱਗੇ, ਰੱਟ ਲਾਈ ਤੁਸੀਂ। ਪਕੜ 'ਚ ਆ ਗਈ ਪੁੱਤ? ਰੱਟ ਲਾਈ ਵੀ ਇਹ ਬੰਦਾ ਨਹੀਂ ਨਹੀਂ। ਅਜੇ ਤੁਸੀਂ ਵਿਸ਼ੇ ਨੂੰ ਕਿਸੇ ਵੀ ਨਹੀਂ ਫੜਿਆ, ਫਿਰ ਕਿਸੇ ਦੇ ਨੇਤਰਾਂ 'ਚ ਖੁਸ਼ੀ ਨਹੀਂ ਦਿੱਸੀ ਮੈਨੂੰ। ਇੰਗਲੈਂਡ ਵਾਲੇ ਤੁਹਾਨੂੰ ਦਿੱਸੀ ਗੱਲ ਦਾ ਪਤਾ ਲੱਗ, ਤੈਨੂੰ ਵੀ ਯੋਧਿਆ ਦੁਮਾਲੇ ਵਾਲੇ ਨੂੰ। ਕਿਸੇ ਨੂੰ ਵੱਡਾ ਵੱਡਾ ਕਹਿੰਦੇ ਹਾਂ, ਮੈਂ ਇੱਕ ਸਤਿਗੁਰੂ ਹੈ, ਇਹਨੂੰ ਵੱਡਾ ਵੱਡਾ ਕਹਿ ਸੱਚੀ ਮੁੱਚੀ ਤੂੰ ਵੀ ਵੱਡਾ ਹੋ ਜਾਏਗਾ। ਨਹੀਂ ਪਕੜਿਆ ਅਜੇ ਵੀ? ਹੁਣ ਲੱਗ ਗਿਆ ਪਤਾ? ਇਹਨੂੰ ਵੱਡਾ ਵੱਡਾ ਕਹਿ ਇੱਕ ਦਿਨ ਤੂੰ ਵੀ। ਮਾਇਆਧਾਰੀ ਨੂੰ ਵੱਡਾ ਕਹਿ ਕਹਿ ਕੇ ਤੂੰ ਵੱਡਾ ਨਹੀਂ ਹੋ ਸਕਦਾ, ਸਿਆਣੇ ਨੂੰ ਕਹਿ ਕੇ ਸਿਆਣਾ। ਚਾਤਰ ਕਿਸੇ ਨੂੰ ਕਹਿ ਆ ਬੜਾ ਚਾਤਰ ਆ, ਇਹ ਬੜਾ ਚਾਤਰ ਆ, ਉਹਦੇ ਕਹਿਣ ਨਾਲ ਤੂੰ ਚਾਤਰ ਨਹੀਂ ਬਣ ਲੱਗਾ। ਮਗਰ ਜੇ ਕਿਤੇ ਇਹਨੂੰ ਕਹੀਏ ਵੱਡਾ 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 ਹੈ ਸਾਹਿਬ, ਸਾਹਿਬ ਵੱਡਾ ਹੈ, ਸੱਚੀ ਮੁੱਚੀ ਵੱਡਾ ਵੱਡਾ ਕਰਨ ਵਾਲਾ ਵੱਡਾ ਹੋ ਜਾਂਦਾ। ਪਕੜ 'ਚ ਨਹੀਂ ਆਇਆ ਅਜੇ? ਖੁਸ਼ੀ ਬੜੀ ਗਹਿਰੀ ਹੋਣੀ ਚਾਹੀਦੀ ਸੀ ਮਗਰ ਮੱਥਿਆਂ ਤੋਂ ਪੜ੍ਹੀ ਨਹੀਂ। ਸੁਣ ਵੱਡਾ, ਸਾਰਿਆਂ ਨੇ ਸੁਣ ਸੁਣ ਕੇ ਆਖਿਆ, ਮਗਰ ਕਿੱਡਾ ਵੱਡਾ ਹੈ, ਕੇਵਲ ਵੱਡਾ। ਆਖ ਆਖ ਕੇ ਤੁਸੀਂ ਉਹਦੇ ਤੱਕ ਪਹੁੰਚ ਸਕਦੇ ਹੋ, ਫਿਰ ਵੇਖੋਗੇ ਉਹ ਕਿੰਨਾ ਵੱਡਾ। ਅਜੇ ਤਾਂ ਲੋਕਾਂ ਨੂੰ ਆਖਿਆ ਵੀ ਉਹ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਆਖਿਆ ਨਾ। ਹਰ ਬੰਦਾ ਕਹਿੰਦਾ ਰੱਬ ਬਹੁਤ, ਮਗਰ ਇਹ ਵੱਡ ਉੱਚਾ ਅਤੇ ਸੁੱਚੇ ਕੋ। ਕਿਸੇ ਨੂੰ ਉੱਚਾ ਕਹਿ ਕਹਿ ਕੇ ਤੂੰ ਉੱਚਾ ਨਹੀਂ ਹੋ ਸਕਦਾ, ਕਿਸੇ ਨੂੰ ਵੱਡਾ ਕਹਿ ਕਹਿ ਕੇ ਤੂੰ। ਆਹ ਗੁਰੂ ਦੀ ਮੱਤ ਲਈਏ, ਨਾਮ ਜਪਣ ਲੱਗਿਆਂ ਗੁਰੂ ਦੀ, ਇਹ ਧਨ ਇਕੱਠਾ ਕਰਨ ਲੱਗਿਆਂ ਗੁਰੂ ਦੀ ਮੱਤ ਲਈਏ। ਭਗਤ ਬਿਨਾ ਬੋ ਹਰ ਕੀ ਭਗਤ ਕਰੋ ਮਨ, ਸਾਰੇ ਨਹੀਂ ਬੋਲਦੇ, ਹਰ ਕੀ ਭਗਤ ਕਰੋ ਕੀ ਹੋਊ ਜੀ? ਇਸੇ ਗੱਲੋਂ ਰੋਨਾ ਹੈ ਨਾ, ਇਸੇ ਗੱਲੋਂ ਰੋਣਾ ਹੈ, ਮੇਰਾ ਚਿੱਤ ਬੜਾ ਅਪਵਿੱਤਰ ਹੈ, ਮੇਰੇ ਅੰਦਰ ਬੜੇ ਫੁਰਨੇ ਮਾੜੇ ਆਉਂਦੇ, ਇਹੋ ਹੀ ਰੋਣਾ ਹੈ।
ਰੋਣੇ ਇਹੋ ਹੀ ਨੇ ਨਾ ਵੀ ਮੇਰੇ ਫੁਰਨੇ ਬੜੇ ਮਾੜੇ ਆਉਂਦੇ ਆ ਜੀ, ਮੇਰੇ ਫੁਰਨੇ ਬਹੁਤ ਮਾੜੇ ਆਉਂਦੇ। ਮੇਰਾ ਗੁਰੂ ਅੱਜ ਗਰੰਟੀ ਦੇ ਰਿਹਾ ਤੂੰ ਵਾਹਿਗੁਰੂ ਦੀ ਬੰਦਗੀ ਕਰ, ਇਹ ਚਿੱਤ ਨਿਰਮਲ ਹੋ ਜੂ। ਨਿਰਮਲ ਹੋਏ ਹੌਲੀ ਬੋਲਦੇ ਹੋ, ਉਹ ਪੰਜਾਂ 'ਚ ਜਿਹੜੇ ਸਿੰਘ ਲੱਗਦੇ ਤੁਸੀਂ ਵੀ ਨਹੀਂ, ਉੱਚੀ ਬੋਲੋ। ਨਿਰਮਲ ਹੋਏ ਤੁਹਾਡਾ ਚਿੱਤ ਕੀ ਹੋ ਜੂ, ਸੱਚੇ ਮੁੱਚੀ ਨਿਰਮਲ ਹੋ ਜੂ। ਕਰਕੇ ਤਾਂ ਵੇਖ, ਤੂੰ ਦਵਾਈ ਹੋਰ ਖਾਂਦਾ ਹੈ, ਤੇਰਾ ਮੈਡੀਸਨ ਹੀ ਹੋਰ ਆ। ਮੇਰੇ ਗੁਰੂ ਦਾ ਦਿੱਤਾ ਮੈਡੀਸਨ ਲੈ, ਆਖੋ ਵਾਹਿਗੁਰੂ ਸਹਿਸੇ ਜੀਓ ਮਲੀਣ ਹੈ। ਇਹਨਾਂ ਸਹਿਸਿਆਂ ਨੇ ਤੈਨੂੰ ਇੰਨਾ ਮੈਲਾ ਕਰਤਾ ਹੈ। ਅਤੇ ਬਾਬੇ ਅਮਰਦਾਸ ਨੂੰ ਪੁੱਛ ਕਿ ਤਸੰਜਮ ਸਾਰਿਆਂ ਨੂੰ ਆਉਂਦੀ ਤੁਹਾਨੂੰ ਬਾਣੀ, ਮਗਰ ਜਿਹੜਾ ਜਿਹੜਾ ਵਿੱਚੋਂ ਗੈਰ ਆ ਜਾ ਰਿਹਾ ਉਹਦੇ ਕੋਲੋਂ ਨਹੀਂ ਬੋਲਿਆ ਜਾਣਾ, ਕਿਉਂਕਿ ਸਰੀਰ ਇੱਥੇ ਆ। ਸੁਰਤ ਕਰਕੇ ਪਤਾ ਨਹੀਂ ਵਿਚਾਰਾ ਕਿੱਥੇ ਘੁੰਮ ਰਿਹਾ। ਕੋਈ ਮੇਰੇ ਲਈ ਸੋਚਦਾ ਹੋਊ ਇਹ ਬਾਬਾ ਕਿੱਥੋਂ ਆਇਆ ਹੈ, ਕਿੰਨੇ ਦਿਨ ਰਹੂਗਾ, ਕੀ ਕਹਿ ਰਿਹਾ ਹੈ। ਕੋਈ ਇਹ ਸੋਚ ਰਿਹਾ ਕਦੋਂ ਉੱਠੀਏ ਕਦੋਂ ਭੱਜੀਏ, ਸਥਿਰ ਕਿੱਥੇ ਆ। ਕਿਸੇ ਮਹਾਤਮਾ ਦਾ ਜਿਹਨਾਂ ਦੀ ਗੱਡੀ 'ਚ ਬਚਨ ਵੱਜਦਾ ਸੀ, ਆਖੋ ਵਾਹਿਗੁਰੂ, ਕਹਿੰਦਾ 10,000 ਪੁਰਾਣੀ ਸੰਗਤ ਵਿੱਚ ਬੈਠੇ ਉਹਨਾਂ 10,000 ਕਿਹਾ ਉਹਨੇ ਗਿਣਤੀ 'ਚ, ਅਤੇ ਹਾਜ਼ਰ 2 ਹੁੰਦੇ। ਸੱਚ ਹੈ ਜੀ, ਬੋਲੋ ਸੱਚ ਹੈ ਨਾ। ਹਾਜ਼ਰ 10,000 ਦੇ ਪਿੱਛੇ 2, ਅਤੇ ਜਿਹੜਾ ਸੁਣਾਉਣ ਡਿਆ ਸੀ ਕਿ ਛੋਟਾ ਮੋਟਾ ਵਿਦਵਾਨ ਨਹੀਂ ਸੀ, ਬਹੁਤ ਸਿਰੇ ਦੀ ਗੱਲ ਜਾਣਨ ਵਾਲਾ ਵਿਦਵਾਨ ਸੀ, ਜਿਹੜਾ ਕਹਿੰਦਾ ਅੱਜ ਦਾ ਰੌਲਾ ਨਹੀਂ ਹੈ, ਇਹ ਬੜੇ ਸਮਿਆਂ ਤੋਂ ਇਹ ਗੱਲ ਆ ਵੀ ਜੇ 10,000 ਪੁਰਾਣੀ ਸੰਗਤ ਵਿੱਚ ਬੈਠਾ ਹੈ ਨਾ ਅਤੇ ਹਾਜ਼ਰ 2 ਨੇ, ਸਭ ਗੈਰ ਹਾਜ਼ਰ। ਸਾਧ ਸੰਗਤ ਜਪ ਇੱਕ ਖਿਨਾ ਕਿਉਂ ਨਹੀਂ ਜਪਿਆ ਜਾਂਦਾ, ਕਿਉਂਕਿ ਗੈਰ ਹਾਜ਼ਰ ਆ, ਨਹੀਂ ਪਤਾ ਲੱਗਾ। ਤੁਸੀਂ ਜਿਸ ਤਰ੍ਹਾਂ ਦੇ ਆਏ ਉਸ ਤਰ੍ਹਾਂ ਦੇ ਮੁੜ ਗਏ, ਇੱਥੋਂ ਪਤਾ ਲੱਗਾ ਮੈਡੀਸਨ ਮੂੰਹ 'ਚ ਪੈਣ ਨਹੀਂ ਦਿੱਤੀ। ਮੈਡੀਸਨ ਤੁਹਾਡੇ ਇਸ ਸਰੀਰ 'ਚ ਨਹੀਂ ਪੈਣੀ, ਧਿਆਨ ਦਿਓ ਜੀ, ਸ਼ਬਦ ਦਾ ਸੰਬੰਧ ਸਰੀਰ ਨਾਲ ਨਹੀਂ, ਸ਼ਬਦ ਦਾ ਸੰਬੰਧ ਖੁੱਲ੍ਹ ਕੇ ਬੋਲੋ ਆਤਮਾ ਨਾਲ ਨਹੀਂ ਜੀ। ਕਿਹਨੇ ਬੋਲਿਆ ਆਤਮਾ, ਤੁਸੀਂ ਆਤਮਾ ਨਾਲ ਨਹੀਂ ਪੁੱਤ, ਸੁਰਤ ਨਾਲ, ਸੁਰਤ ਨਾਲ, ਇਹਨਾਂ ਦੋਵਾਂ ਦਾ ਸੰਯੋਗ ਆ। ਜਿੱਦਣ ਸੁਰਤ ਨੇ ਸੁਣ ਲਿਆ, ਇੱਕ ਮਿੰਟ ਵਿੱਚ ਸਾਧ ਸੰਗ ਜਪ ਇੱਕ ਖਿਨਾ, ਬੋਲੋ ਭਲਾ। ਆਓ ਗੁਰੂ ਅੱਗੇ ਤਰਲਾ ਪਾ ਕੇ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ, ਵਾਹਿਗੁਰੂ 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 ਵਾਹਿਗੁਰੂ, ਮੋੜ ਮੋੜ ਕੇ ਲਿਆਓ ਇਹਨੂੰ ਜੇ ਜਾਣ ਵੀ ਲੱਗੇ ਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਮਿੰਟ ਠਹਿਰੋ, ਆਖੋ ਸਤਨਾਮ ਸ੍ਰੀ, ਇੱਕ ਮਿੰਟ ਲਈ, ਇੱਕ ਮਿੰਟ। ਜਦੋਂ ਤੁਸੀਂ ਸ਼ਬਦ ਨੂੰ ਜਿਹੜੇ ਨੂੰ ਬੋਲਦੇ ਹੋ ਜੇ ਕੰਨਾਂ ਤੋਂ ਸੁਣੋਗੇ ਤਾਂ ਫਿਰ ਨਹੀਂ ਭੱਜਦਾ, ਇੰਨੀ ਗੱਲ ਚੇਤਾ ਰੱਖਿਓ। ਕੀ ਕਿਹਾ,
ਜਿਹੜੇ ਮੂੰਹ ਦੇ ਵਿੱਚੋਂ ਤੁਸੀਂ ਬੋਲ ਬੋਲ ਰਹੇ ਹੋ, ਜੇ ਇਹਨਾਂ ਨੂੰ ਕੰਨਾਂ ਨਾਲ ਸੁਣਿਆ, ਸਤ ਸੰਤੋਖ ਗਿਆਨ ਸੁਣਿਆ ਸੁਣਿਆ, ਪੜ੍ਹ ਅੱਗੇ ਪੜ੍ਹੋ, ਸੁਣਿਆ ਲਾਗੇ ਸੁਣ ਕੇ ਵੇਖੋ, ਇਹਨੂੰ ਸ਼ਬਦ ਨੂੰ ਸੁਣੋ, ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਹਿਸੇ ਜੀਓ ਢਿੱਲਿਓ ਲੁਧਿਆਣੇ ਵਾਲਿਓ ਸਹਿਸੇ ਜੀਓ ਸਹਿਸਿਆਂ ਕਰਕੇ ਸਵੇਰੇ ਕੀ ਹੋਊ, ਧੀ ਵੱਡੀ ਹੋ ਗਈ ਇਹਦਾ ਕੀ ਬਣੂ, ਪੁੱਤਰ ਵੱਡਾ ਹੋ ਗਿਆ ਇਹ ਸਹਿਸੇ ਪਤਾ ਲੱਗ ਰਿਹਾ ਜੀ, ਇਹੀ ਸਹਿਸੇ ਨੇ, ਇਹਦੇ ਕਰਕੇ ਹਰ ਬੰਦਾ ਮਲੀਨ ਹੈ ਮੈਲਾ ਹੈ। ਕਿਹੜੀ ਦਵਾਈ ਤੁਹਾਡੇ ਕੋਲੋਂ, ਤੁਸੀਂ ਕਿਸੇ ਸਾਬਣ ਨਾਲ ਹੱਥ ਧੋ ਸਕਦੇ ਹੋ? ਅੱਖ ਵਾਹਿਗੁਰੂ ਉੱਚੀ ਨਹੀਂ ਬੋਲਿਆ, ਕਿਸੇ ਸਾਬਣ ਨਾਲ ਤੁਸੀਂ ਕੇਸ ਧੋ ਸਕਦੇ ਹੋ, ਦਾੜਾ ਧੋ ਸਕਦੇ ਹੋ, ਬਾਹਾਂ ਧੋ ਸਕਦੇ ਹੋ, ਚਿੱਤ ਨਹੀਂ ਜੀਓ ਨਹੀਂ ਕਿਸੇ ਸਾਬਣ ਨਾਲ ਨਹੀਂ, ਨੋਟ ਕਰਿਓ ਸੈਸੇ ਇੱਥੇ ਤਾਂ ਹੱਥ ਥੋੜ੍ਹੇ ਮਲੀਨ ਨੇ, ਜੀਓ ਮਲੀਨ ਆ, ਅੰਦਰ ਮਲੀਨ ਆ, ਕਿੱਤ ਬਹੁਤ ਆਨੰਦ ਆ ਰਿਹਾ ਤੁਹਾਨੂੰ ਸਾਰਿਆਂ ਨੂੰ, ਬਾਣੀ ਕੰਠਾ ਨਿਤਨੇਮ ਹੀ ਬਹੁਤੇ ਆਣ ਕੇ ਬਹਿੰਦੇ ਹੋ, ਦੂਸਰੇ ਤਾਂ ਆਉਂਦੇ ਨਹੀਂ, ਆਨੰਦ ਲਓ ਅਤੇ ਸ਼ਬਦ ਵਿੱਚ ਡੁੱਬੋ, ਸਹਿਸੇ ਜੀਓ, ਸਹਿਸਿਆਂ ਕਰਕੇ ਜੀਵ ਆਤਮਾ ਇਹ ਜਿਹੜਾ ਸਾਰਾ ਜੀਵਨ ਆ ਇਹ ਮਲੀਨ ਆ। ਅਤੇ ਕਮਾਲ ਦੀ ਗੱਲ ਵੇਖੋ, ਗੱਲਾਂ ਕੀਤੀਆਂ ਬਾਣੀ ਵਿੱਚ, ਕਿੱਤ ਸੰਜਮ ਧੋਤਾ, ਸੰਜਮਣੇ ਤਰੀਕਾ, ਸੰਜਮਣੇ ਫਿਰ ਬੋਲੋ ਸਰੰਜਾਮ ਲਾਗ, ਸਰੰਜਾਮ ਸੰਜਮ ਇੱਕੋ ਸ਼ਬਦ ਆ, ਕਿੱਤ ਸੰਜਮ। ਅਤੇ ਹੁਣ ਤੁਸੀਂ ਨਾ ਧੋ, ਤੁਸੀਂ ਮੌਲੀ ਬੰਨੀ ਫਿਰੋ ਇਹ ਤੁਹਾਡੀ ਮਰਜ਼ੀ, ਤੁਸੀਂ ਪੱਥਰ ਦੀ ਮੁੰਦਰੀ ਪਾਈ ਫਿਰੋ ਇਹ ਤੁਹਾਡੀ ਮਰਜ਼ੀ, ਆਖੋ ਵਾਹਿਗੁਰੂ
ਅਤੇ ਇਸ ਦੀ ਕਿਸੇ ਢਾਈ ਮਣ ਦੀ ਦੇਹ ਦੇ ਅੱਗੇ ਸਿਰ ਰੱਖ ਦਿਓ, ਇਹ ਤੁਹਾਡੀ ਮਰਜ਼ੀ। ਦਵਾਈ ਦੱਸਤੀ ਮੇਰੇ ਬਾਬੇ ਅਮਰਦਾਸ ਨੇ, ਦਵਾਈ ਦੱਸਤੀ ਧੋਣ ਦੀ। ਮਨ ਧੋਵੋ, ਸ਼ਬਦ ਲਾਗੋ, ਮਨ ਧੋਵੋ, ਸ਼ਬਦ ਲਾਗੋ, ਹਰਸਰੋ, ਚਿੱਤ ਜੋੜੋ ਹਰੀ ਨਾਲ, ਅਤੇ ਸਾਬਣ ਲਾਓ ਕਾਹਦਾ, ਸ਼ਬਦ ਦਾ। ਵਾਹਿਗੁਰੂ, 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 ਸਤਨਾਮ ਸ੍ਰੀ। ਨਿਰਮਲ ਹੋਏ ਦੋ ਤਰ੍ਹਾਂ ਦਾ ਧੰਨ ਦੱਸਿਆ, ਭੁੱਲ ਗਿਆ, ਫਸਿਆ ਇਹਨਾਂ ਤਾਂ ਕਰਕੇ ਦੋ ਤਰ੍ਹਾਂ ਦਾ ਧੰਨ ਦੱਸਿਆ, ਇੱਕ ਕੱਚਾ। ਤੁਸੀਂ ਕੱਚੇ ਲਈ ਤਾਂ 24 ਘੰਟੇ ਲਾਉਂਦੇ ਹੋ, 22 ਘੰਟੇ ਕੱਚੇ ਲਈ ਲਾਉਂਦੇ ਹੋ, ਲਾਉਂਦੇ ਕਿ ਨਹੀਂ ਬੋਲੋ। ਮੇਰਾ ਗੁਰੂ ਕਹਿੰਦਾ ਤੂੰ 2 ਘੰਟੇ ਰੱਖ ਲਾ ਸੱਚੇ ਲਈ, ਇਹਦੇ 'ਚ ਬਰਕਤ ਬੜੀ, ਉਹਦੇ 'ਚ ਬਰਕਤ ਨਹੀਂ। ਇਹਦੇ 'ਚ ਕਿਹੜੇ 'ਚ? ਬੜੀ ਬਰਕਤ ਆ, ਬੜੀ ਬਰਕਤ ਆ। ਕਿਹੜਾ ਤੇਰੇ ਕੋਲ ਪੈਸਾ, ਕਿਹੜਾ ਤੇਰੇ ਕੋਲ ਪੈਸਾ ਹੈ ਜਿਹਦੇ ਤੋਂ ਲੱਖਾਂ ਕਰੋੜਾਂ ਲੋਕ ਰੱਜ ਸਕਦੇ? ਤੂੰ ਤਾਂ ਦੀਵਾਨੀ ਨਹੀਂ ਦੇ ਕੇ ਰੱਜ ਕਿਸੇ ਨੂੰ, ਤੂੰ ਕਿਸੇ ਨੂੰ ਕੀ ਰਜਾਉਣਾ ਹੈ? ਭੁੱਖਾ ਕਿਸੇ ਨੂੰ ਰਜਾ ਨਹੀਂ ਸਕਦਾ, ਨੋਟ ਕਰਿਓ, ਭੁੱਖਾ ਕਦੀ। ਤੂੰ ਨਾਮ ਜਪ, ਜੇ ਕਦੀ ਤੇਰਾ ਅੰਦਰੋਂ ਟਿਕ ਕੇ ਨਾਮ ਚਾਲੂ ਹੋ ਗਿਆ, ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਤੇਰੀ ਬਰਕਤ ਨਾਲ ਕਰੋੜਾਂ ਹੀ ਰੱਜਣਗੇ। ਆਖੋ ਵਾਹਿਗੁਰੂ। ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਕਮਾਈ ਕੀਤੀ, ਸੱਚਮੁੱਚ ਐਸਾ ਸਾਧੂ ਹੈ, ਨਾਂ ਲਿਆ ਹੀ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲਦਾ ਹੈ। ਬਰਕਤ ਆ ਨਾ, ਬਰਕਤ ਆ ਨਾ। ਆਖੋ ਵਾਹਿਗੁਰੂ। ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਅਤੇ ਅੱਜ ਪਿਤਾ ਜੀ ਕਹਿੰਦੇ ਦੋ ਤਰ੍ਹਾਂ ਦਾ ਧੰਨ ਆ, ਇੱਕ ਕੱਚਾ ਹੈ, ਇੱਕ ਸੱਚਾ ਹੈ। ਕੱਚਾ ਆਪਣੀ ਮੱਤ ਨਾਲ ਇਕੱਠਾ ਕੀਤਾ, ਕਿਉਂਕਿ ਮੇਰੀ ਮੱਤ ਵੀ ਕੱਚੀ ਹੈ। ਮੈਂ ਸੋਚਦਾ ਇਹ ਕੌਡੀ ਕੌਡੀ ਜੋੜੀ ਹੋਈ ਮੇਰੇ ਕਿਸੇ ਕੰਮ ਆਉਣੀ ਨਹੀਂ। ਇਹ ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਇੰਨਾ ਸਮਾਨ ਇੱਥੇ ਲਾਵਾਂ। ਸੱਚਾ ਧੰਨ ਗੁਰੂ ਦੀ ਮੱਤ ਵਿੱਚ ਮਿਲਦਾ ਹੈ। ਸਾਖਤੀ 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 ਸਾਖਤਾਂ ਨੇ ਜਿਹੜੇ ਰੱਬ ਨੂੰ ਮੱਥਾ 'ਤੇ ਟੇਕਦੇ ਮਗਰ ਮੰਨਦੇ ਨਹੀਂ ਰੱਬ ਦੀ। ਕੀ ਕਿਹਾ ਮੈਂ? ਨਹੀਂ 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 ਨਹੀਂ, ਪਹਿਲਾਂ ਉਹ ਗੱਲ ਕਰੋ ਵੀ ਰੱਬ ਨੂੰ ਮੱਥਾ 'ਤੇ ਟੇਕਦੇ ਮਗਰ ਰੱਬ ਦੀ, ਉੱਚੀ ਬੋਲੋ ਨਾ ਸਾਰੇ,
ਰੱਬ ਦੀ ਗੱਲ ਨਹੀਂ ਮੰਨਦੇ। ਰੱਬ ਨੇ ਕਿਹਾ ਇਹ ਕੱਚਾ ਧਨ ਆ। ਅਤੇ ਕਮਾਲ ਦੀ ਗੱਲ ਆ, ਕਿਹੜੇ ਕਿਹੜੇ ਵੱਡੇ ਪਾਪ ਕਰ ਕਰਕੇ ਵੀ ਜੋੜ ਨਹੀਂ ਪਵੇ ਅਤੇ ਜੋੜਦੇ ਆ। ਭਰਾ ਦਾ ਕਤਲ ਕਰਨਾ ਪਏ, ਦੋਸਤ ਦਾ ਗਲ ਘੁੱਟਣਾ ਪਏ, ਮਿੱਤਰ ਦਾ ਗਲ ਘੁੱਟਣਾ ਪਏ, ਭੈਣ ਦਾ ਪਲਾਟ ਮੱਲਣਾ ਪਏ, ਇਕੱਠਾ ਲੋਕ ਕਰਦੇ ਆ। ਸਾਗਤੀ ਪਾਪ ਕਰ ਕਰ, ਇਤਨਾ ਲਿਖਿਆ ਜੀ, ਬੋਲੋ ਭਲਾ, ਸਾਰੇ ਬੋਲੋ, ਪਤਾ ਲੱਗ ਜਾਏ ਕਿ ਗੁਰਬਾਣੀ 'ਚ ਕੀ ਲਿਖਿਆ। ਸਾਗਤੀ ਵਿਖਿਆ ਧਨ ਸੰਚਿਆ, ਵਿਖਿਆ ਧਨ ਸੰਚਿਆ ਮਿੰਜ, ਵਿਖਿਆ ਮਿੰਜ ਬੇਈਮਾਨੀ, ਬੇਈਮਾਨੀ, ਬੇਈਮਾਨੀ ਦਾ ਬਹੁਤ ਸਾਰਾ ਲੋਕਾਂ ਨੇ ਕੀਤਾ ਹੈ, ਕੀਤਾ ਕਿ ਨਹੀਂ ਜੀ, ਬੋਲੋ। ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਪੁਲਿਸ ਮੁਕਾਬਲੇ ਬਣਾ ਬਣਾ ਕੇ ਲੋਕਾਂ ਦੇ ਮਾਸੂਮ ਬੱਚੇ ਮਾਰ ਕੇ ਇੱਥੇ ਆਣ ਕੇ ਬੜੇ ਬੜੇ ਅਲੀਸ਼ਾਨ ਘਰ ਬਣਾ ਕੇ ਬੈਠੇ ਹੈ। ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ ਪੰਥ ਦੀ ਪਿੱਠ ਵਿੱਚ ਛੁਰਾ ਮਾਰ ਕੇ ਪੈਸਾ ਇਕੱਠਾ ਕੀਤਾ, ਇੱਥੇ ਆਣ ਕੇ ਬੈਠੇ, ਇੱਥੇ ਬੈਠੇ, ਮਗਰ ਪਾਪ ਕਰ ਕਰਕੇ ਸੰਚਿਆ ਹੈ। ਇਹ ਨੋਟ ਕਰ ਲਓ, ਕੀ ਕਰ ਕਰਕੇ? ਸਾਕਤੀ ਪਾਪ ਕਰ ਕਰ ਵਿਖਿਆ ਧਨ, ਸੁਣ ਲਓ ਤੀਸਰੇ ਪਾਤਸ਼ਾਹ ਦੇ ਬਚਨ, ਚੌਥੇ ਪਾਤਸ਼ਾਹ ਦੇ, ਸਾਕਤੀ ਪਾਪ ਕਰ ਕਰ ਵਿਖਿਆ ਧਨ ਸੰਚਿਆ, ਤਿੰਨਾ ਇੱਕ ਵਿਖ ਨਾਲ ਨਾ ਜਾਏ। ਸਾਰੇ ਬੋਲੋ, ਤਿੰਨਾ ਵਿਖ ਮਿੰਜ ਵਿਖ। ਸ਼ਾਬਾਸ਼ ਹਨੀਮਾਨ ਸਾਹਿਬ, ਸ਼ਾਬਾਸ਼। ਉਹ ਬੱਬੇ ਨਾਲ ਹੁੰਦਾ ਤਾਂ ਯਾਰ ਹੋਣਾ ਸੀ ਨਾ, ਕਦਮ ਕਦਮ ਵਿਸ਼ਾ ਵਿਸ਼ਾ ਫੜ ਲਓ ਨਾ, ਤੇਨਾ ਇੱਕ ਵਿਖ ਨਾਲ, ਜੇ ਇੱਕ ਵਿਖ ਅਗਾਂਹ ਧਰੇ ਤਾਂ ਪੰਜਾਹ ਵਿਖਾਂ ਪਿੱਛੇ, ਦਸ ਵਿਖਾਂ ਪਿੱਛੇ ਲੈ ਜਾਏ। ਹੁਣ ਪਤਾ ਲੱਗ ਗਿਆ ਵੀ ਵਿਖ ਦਾ ਮਤਲਬ ਕਦਮ, ਆਖੋ ਵੇ ਗੁਰੂ, ਪਤਾ ਲੱਗ ਗਿਆ ਧੀਓ, ਵਿਖ ਮਿੰਜ। ਜਿਹੜਾ ਪਾਪੀ ਨੇ ਪਾਪ ਕਰ ਕਰਕੇ ਕੱਚਾ ਧਨ ਇਕੱਠਾ ਕੀਤਾ ਹੈ, ਇੱਕ ਕਦਮ ਨਾਲ ਨਹੀਂ ਜਾਣਾ। ਜਿਹੜਾ ਮਹਾਰਾਜ ਸੰਤਾਂ ਨੇ ਇਕੱਠਾ ਕੀਤਾ ਹੈ, ਆਖੋ ਵਾਹਿਗੁਰੂ। ਚੌਥੇ ਪਾਤਸ਼ਾਹ ਨੂੰ ਪੁੱਛੋ, ਜਿਹੜਾ ਗੁਰੂ ਰਾਮਦਾਸ ਜੀ ਸਤਸੰਗੀਆਂ ਨੇ ਇਕੱਠਾ ਕੀਤਾ ਹੈ, ਨਾਮ ਜਪਣ ਵਾਲਿਆਂ ਇਕੱਠਾ ਕੀਤਾ ਹੈ, ਹਰ ਧਨ ਜੀਏ ਸੇਤੀ ਰਵ ਰਿਆ। ਬੋਲੋ ਹਾਂ, ਜਿਸ ਤਰ੍ਹਾਂ ਪਾਣੀ ਪੀਤਾ ਤੁਹਾਡੇ ਅੰਦਰ ਲੰਘੀ ਜਾਂਦਾ ਹੈ, ਇਸ ਤਰ੍ਹਾਂ ਹੀ ਕਿਹਾ ਹੋਇਆ ਵਾਹਿਗੁਰੂ ਤੁਹਾਡੀ ਸੁਰਤ 'ਚ ਜਮ੍ਹਾਂ ਹੋਈ ਜਾਂਦਾ ਹੈ। ਉਹ ਜੇਬ 'ਚ ਪਿਆ ਸੀ, ਜੇਬ ਵੀ ਸੜ ਗਈ, ਕਮੀਜ਼ ਵੀ ਸੜ ਗਿਆ, ਸਰੀਰ ਵੀ ਸੜ ਗਿਆ, ਪਤਾ ਲੱਗਾ ਉਹ ਜਿਹੜਾ ਪੈਸਾ ਸੀ ਕਿੱਥੇ ਪਿਆ ਜੀ? ਬੋਲੋ, ਜੇਬ 'ਚ ਪਿਆ, ਜੇਬ ਵੀ ਸੜ ਗਈ, ਸਰੀਰ ਵੀ ਸੜ ਗਿਆ, ਕਮੀਜ਼ ਵੀ ਸੜ ਗਿਆ, ਮਗਰ ਜਿਹੜਾ ਕਿਹਾ ਹੋਇਆ ਵਾਹਿਗੁਰੂ ਵਾਹਿਗੁਰੂ ਆ, ਇਹ ਸੁਰਤ ਦੇ ਬਟੂਏ 'ਚ ਪੈ ਗਿਆ। ਹਰ ਧਨ ਜੀਏ ਸੇਤੀ ਰਵ ਰਿਹਾ। ਬੋਲੋ ਹਾਂ, ਇੱਕ ਇੱਕ ਪ੍ਰਾਣੀ ਬੋਲੋ, ਬਾਣੀ ਆ, ਹਰ ਧਨ ਜੀਏ ਸੇਤੀ ਰਵ ਰਿਹਾ, ਜੀਏ ਸੇਤੀ ਜਾਏ, ਜੀਏ ਮਤਲਬ ਉਹਦੇ ਨਾਲ ਹੀ ਜਾਂਦਾ ਜੀਵ ਆਤਮਾ ਜਦੋਂ ਜਾਂਦੀ, ਗੁਰ ਕਾ ਬਚਨ ਵਸੇ ਜੀ ਨਾਲ, ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ ਭਾਏ ਨਾ ਸਕੇ, ਇਸ ਧਨ ਨੂੰ ਨਾ ਕੋਈ ਚੋਰੀ ਕਰ ਸਕੇ,
ਜੇ ਮੈਂ ਪੰਡ ਲੈ ਕੇ ਕਿਤੇ ਪਾਣੀ ਦੇ ਵਿੱਚੋਂ ਦੀ ਲੰਘਣਾ ਹੋਵੇ ਅੱਖ ਵਾਹਿਗੁਰੂ, ਅਤੇ ਇਹ ਧਨ ਡੁੱਬਦਾ ਨਹੀਂ। ਜੇ ਮੈਨੂੰ ਅੱਗ 'ਚੋਂ ਦੀ ਲੰਘਣਾ ਪਏ ਅਤੇ ਇਹ ਸੜਦਾ ਨਹੀਂ, ਕਿਹੜਾ ਵਾਹਿਗੁਰੂ ਵਾਹਿਗੁਰੂ ਕਰੋ ਇਕੱਠਾ, ਇਹ ਨਾਲ ਜਾਣਾ ਹੈ ਜੀਵ ਦੇ। ਆਨੰਦ ਆ ਗਿਆ, ਆਨੰਦ ਬੜਾ ਰੰਗ ਗਾੜਾ ਹੋ ਗਿਆ। ਇੱਕ ਹਫ਼ਤਾ ਜੇ ਬਾਕੀ ਆਨੰਦ ਲੈਣ, ਅਖੰਡ ਸਤਨਾਮ ਸ੍ਰੀ ਵਾਹਿਗੁਰੂ। ਕਿੰਨੇ ਤਰ੍ਹਾਂ ਦਾ ਧੰਨ ਦੱਸਿਆ ਜੀ, ਇੱਕ ਕੱਚਾ, ਕਿਹੜਾ ਇਕੱਠਾ ਕਰਨਾ ਜੇ ਕਹਿ ਦਿਓ, ਇਹਨੂੰ ਕੱਚੇ ਨਾਲ ਮੋਹ ਤੋੜ ਦੂਗਾ ਅਤੇ ਸੱਚੇ ਨਾਲ ਮੋਹ ਜੋੜ ਦੂ, ਇਹ ਟੂਟੀ। ਤੁਸੀਂ ਕਹੋ ਤਾਂ ਸਹੀ, ਆ ਜਿੰਨੀਆਂ ਮੇਰੀਆਂ ਧੀਆਂ ਜਿੰਨੇ ਮੇਰੇ ਵੀਰ ਬੈਠੇ ਹੋ, ਸੱਚੇ ਦਿਲੋਂ ਕਹੋ ਇਹ ਘੱਟ ਘੱਟ ਕੇ। ਤੁਸੀਂ ਕਿੱਥੋਂ ਕਹਿ ਰਹੇ ਹੋ, ਕਿਸ ਤਲ ਤੋਂ ਕਹਿ ਰਹੇ ਹੋ, ਗੁਰੂ ਜਾਣਦਾ ਕਿ ਨਹੀਂ ਬੋਲੋ। ਕੱਲ੍ਹ ਪਰਸੋਂ ਇੱਥੇ ਕੋਈ ਤੁਹਾਡੇ 'ਚ ਰੂਹ ਬੈਠੀ, ਉਹਨੇ ਮੈਨੂੰ ਕੁਛ ਸਮਾਨ ਦਿੱਤਾ, ਮੈਂ ਉਹਨੂੰ ਕਿਹਾ ਇਹ ਤੋਂ ਤਾਂ ਠਾ ਦਿਓ ਅੱਖ ਵਾਹਿਗੁਰੂ, ਇਹਦੇ ਤੋਂ ਸੁਰਤ ਨੂੰ। ਮੈਨੂੰ ਪਤਾ ਸੀ ਕਮਾਈ ਵਾਲਾ ਹੈ ਅੱਖ ਵਾਹਿਗੁਰੂ, ਮੈਂ ਕਿਹਾ ਇਹਦੇ ਤੋਂ ਥੋੜ੍ਹਾ ਜਿਹਾ ਅਸੀਸ ਦਿਓ ਤਾਂ ਉੱਠੀਏ। ਪਤਾ ਕੀ ਕਹਿੰਦਾ ਸੀ, ਕਹਿੰਦਾ ਸੱਚ ਕਹਿੰਦਾ ਹੈ, ਹਾਏ ਹਾਏ ਤੁਸੀਂ ਪਕੜਿਆ ਨਹੀਂ। ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਵਿਸਰ ਨਹੀਂ ਦਿੱਤਾਰ ਆਪਣਾ, ਮੰਗਦੇ ਨਹੀਂ ਮੰਗਦੇ ਨਹੀਂ, ਬੁੱਲਾਂ ਤੱਕ ਦੇ ਬੋਲ ਨੇ, ਬੁੱਲਾਂ ਤੱਕ ਦੇ ਮੰਗਦੇ ਨਹੀਂ। ਇੰਨੀ ਗਹਿਰਤਾ 'ਚ ਆਣ ਕੇ ਉਹਨੇ ਮੈਨੂੰ ਆਖਿਆ ਸੱਚ ਕਹਿੰਦਾ ਹੈ, ਮੇਰੀ ਜ਼ੁਰਤ ਨਹੀਂ ਸੀ ਮੈਂ ਉਹਨੂੰ ਕਹਿੰਦਾ ਸੱਚ ਕਹਿੰਦਾ, ਧਿਆਨ ਦਿਓ ਪਕੜ ਰਹੇ ਹੋ, ਜ਼ੁਰਤ ਨਹੀਂ ਪਈ ਵੀ ਮੈਂ ਉਹਨੂੰ ਕਹਿੰਦਾ, ਕਿਉਂਕਿ ਮੈਂ ਪਕੜ ਗਿਆ ਸਾਂ ਵੀ ਜੇ ਤੂੰ ਸੱਚੀ ਮੁੱਚੀ ਸੱਚੀ ਮੁੱਟੀ ਉੱਠਣਾ ਚਾਹੁੰਦਾ ਹੈ ਤਾਂ ਫਿਰ ਤੇ ਇਹਨੇ ਠਾ ਦੇਣਾ ਹੈ, ਪਕੜਿਆ ਨਹੀਂ ਅਜੇ, ਫਿਰ ਤਾਂ ਕਿਸੇ ਨੂੰ ਕਹਿਣ ਦੀ ਕੀ ਗੱਲ, ਸੋਚੀ ਪੈ ਗਏ ਹੋ ਜੀ, ਜਾਂ ਇਹ ਮੈਟਰ ਸਾਡਾ ਨਹੀਂ। ਕੀ ਕਿਹਾ, ਸੱਚੇ ਦਿਲੋਂ ਕਹੋ ਮੈਂ ਉੱਠਣਾ ਚਾਹੁੰਦਾ, ਮੈਂ ਇਹਨੇ ਕਹਿ ਤਾਂ ਸਹੀ, ਸੱਚੀ ਮੁੱਚੀ ਤੁਸੀਂ ਨਾਮ ਵੀ ਮੰਗਦੇ ਹੋ ਮਗਰ ਮੰਗਦੇ ਨਹੀਂ, ਜਿੱਦਣ ਮੰਗੋਗੇ ਇਹਨੇ ਦੇ ਦੇਣਾ। ਲਿਖਿਆ ਕਿ ਨਹੀਂ ਜੋ ਮੰਗ ਹੈ, ਬੋਲੋ ਜੋ ਮੰਗ ਹੈ, ਅੱਗੇ ਕੀ ਹੈ, ਫਿਰ ਕਸੂਰ ਕਿੱਥੇ ਆ, ਮੈਂ ਮੰਗਿਆ ਹੀ ਨਹੀਂ, ਮੈਂ ਸੱਚਮੁੱਚੀ ਪੌਣੇ ਦੋ ਦਾ ਸਮਾਂ ਮੰਗਿਆ ਹੀ ਨਹੀਂ ਉਹਦੇ ਕੋਲੋਂ। ਮੈਂ ਵੇਖਿਆ ਲੋਕ ਕਹਿੰਦੇ ਨੇ ਮੈਨੂੰ ਪੌਣੇ ਦੋ ਅਠਾਈ, ਚੱਲ ਮੈਂ ਵੀ ਕਹਿੰਦਾ ਮੈਨੂੰ ਪੌਣੇ ਦੋ ਅਠਾਈ, ਕਿਹਦਾ ਜੀ ਕਰਦਾ ਉੱਠਣ ਨੂੰ।
ਜਿਹਨੇ ਸੱਚੇ ਦਿਲੋਂ ਕਿਹਾ ਮੈਨੂੰ ਪਾਉਣੇ ਦਾ ਦੋ ਅਠਾਈ ਇਹਨੇ ਠਾਉਣਾ ਹੈ, ਇਹ ਚਾਹੁੰਦਾ ਹੈ। ਜਿਸ ਤਰ੍ਹਾਂ ਤੁਹਾਡਾ ਬੱਚਾ ਕਹਿੰਦਾ ਇਮਤਿਹਾਨਾਂ ਤੁਹਾਡਾ ਬੱਚਾ ਹੋਵੇ ਤਾਂ ਤੁਸੀਂ ਚਾਹੁੰਦੇ ਹੋ ਨਾ ਇਹ ਅੱਧੀ ਅੱਧੀ ਰਾਤ ਉੱਠ ਕੇ ਪੜ੍ਹੇ ਤਾਂ ਕਿ ਪਾਸ ਹੋ ਜਾਏ, ਕਹਿੰਦੇ ਹੋ। ਮੇਰਾ ਗੁਰੂ ਵੀ ਕਹਿੰਦਾ ਅੱਧੀ ਅੱਧੀ ਰਾਤ ਉੱਠ ਕੇ ਨਾਮ ਜਪੇ ਤਾਂ ਕਿ ਇਸ ਇਮਤਿਹਾਨ ਦੇ ਵਿੱਚੋਂ ਪਾਸ ਹੋ ਜਾਏ। ਚਾਹੁੰਦਾ ਹੈ ਗੁਰੂ, ਸਤਿਗੁਰੂ ਚਾਹੁੰਦਾ ਹੈ ਵੀ ਮੇਰੀ ਇੱਕ ਇੱਕ ਧੀ, ਮੇਰਾ ਇੱਕ ਇੱਕ ਪੁੱਤਰ, ਮੇਰਾ ਇੱਕ ਇੱਕ ਵੀਰ ਅੰਮ੍ਰਿਤ ਵੇਲੇ ਉੱਠੇ ਅਤੇ ਇਸ ਜ਼ਿੰਦਗੀ ਦੇ ਇਮਤਿਹਾਨ ਵਿੱਚੋਂ ਪਾਸ ਕਰਵਾਉਣਾ ਚਾਹੁੰਦਾ। ਤੁਸੀਂ ਹੁਣ ਮੈਂ ਆਪ ਜੀ ਨੂੰ ਪੁੱਛਿਆ ਸੀ ਕਿਹੜਾ ਧਨ ਇਕੱਠਾ ਕਰਨਾ ਚਾਹੁੰਦੇ ਹੋ, ਹੈ ਡਰ ਗਏ ਸਾਰੇ ਹੀ, ਕਿਤੇ ਕੱਚੇ 'ਤੇ ਕਾਂਟਾ ਹੀ ਨਾ ਮਾਰਦਾ। ਡਰ ਗਏ ਕਿ ਨਹੀਂ ਬੋਲੋ ਜੀ। ਹਾਂ ਪੁੱਤ, ਨਹੀਂ ਤੁਹਾਡੇ ਪਿੱਛੇ ਆ ਬੱਚੀ ਮੇਰੀ ਧੀ, ਪਤਾ ਲੱਗਾ ਡਰ ਗਏ ਵੀ ਕਿਤੇ ਮੇਰੇ ਕੱਚੇ ਵਾਲੇ ਜਿਹੜੇ ਅਕਾਊਂਟ ਭਰੇ ਨੇ ਉਹਨਾਂ 'ਤੇ ਸਵੇਰੇ ਜਾਵਾਂ ਅਤੇ ਬੈਂਕ ਵਿੱਚ ਕਹਿਣ ਤੇਰਾ ਇੱਥੇ ਕੋਈ ਪੈਸਾ ਨਹੀਂ, ਇਹ ਕਰ ਸਕਦਾ ਹੈ ਤੇਰਾ ਇੱਥੇ? ਵੇਖਿਆ ਫਿਰ ਡਰੇ, ਬੋਲੋ ਤੇਰਾ ਇੱਥੇ ਹਏ। ਮਗਰ ਤੁਹਾਨੂੰ ਪਤਾ ਨਹੀਂ ਇੱਕ ਭਾਂਡੇ ਵਿੱਚੋਂ ਇੱਕ ਚੀਜ਼ ਨਿਕਲੇ ਅਤੇ ਦੂਸਰੀ ਪੈਂਦੀ। ਨੋਟ ਕਰਿਓ, ਇੱਕ ਭਾਂਡੇ ਵਿੱਚੋਂ ਅਤੇ ਦੂਸਰੀ, ਮਗਰ ਜੋ ਪੈਣਾ ਹੈ ਉਹਨੂੰ ਕਹਿੰਦੇ ਸੱਚਾ ਧਨ। ਸੱਚਾ ਧਨ, ਸੱਚਾ ਧਨ ਕਦੋਂ ਮਿਲਦਾ ਹੈ? ਗੁਰੂ ਦੀ ਮੱਤ ਰਾਹੀਂ। ਸੱਚਾ ਧਨ ਕਾਚਾ ਧਨ ਫੁਨ ਆਵੇ, ਇਹ ਕਦੀ ਤੁਹਾਡੇ ਕੋਲ ਬਹੁਤਾ ਆ ਜਾਂਦਾ ਅਤੇ ਕਦੀ ਜਿਸ ਸੱਚਾ ਆਇਆ ਇਹ ਧਨ ਅਖੁੱਟ। ਇਸ ਤਰ੍ਹਾਂ ਬੈਠੋ, ਚੌਂਕੜਾ ਮਾਰ ਪੁੱਤ, ਜਿੰਦਰ ਉਹ ਬੜਾ ਜਵਾਨ ਬੱਚਾ ਹੈ। ਇਹ ਧਨ ਅਖੁੱਟ, ਅਖੁੱਟ ਮੀਨਜ ਨਾ ਖਤਮ ਹੋਣ ਵਾਲਾ, ਨਾ ਖੁੱਟਣ ਵਾਲਾ, ਨਾ ਘਟਣ ਵਾਲਾ, ਨਾ ਵਧਣ ਵਾਲਾ। ਅਖ ਵਾਹਿਗੁਰੂ, ਭਰਤਾ ਖਜ਼ਾਨਾ, ਭਰਤਾ ਖਜ਼ਾਨਾ, ਜਿੰਨਾ ਮਰਜ਼ੀ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ, ਇਹਦੇ ਵਿੱਚੋਂ ਜਿੰਨਾ ਖਾਈ ਜਾ, ਖਾਵੇਂ ਖਰਚੇ ਰਲ ਮਿਲ ਭਾਈ। ਅੱਗੇ ਕੀ ਹੈ? ਆਹ ਜਿਹੜੇ ਤੇਰੇ ਅਕਾਊਂਟ 'ਚ ਪੈਸੇ, ਇਹਨਾਂ 'ਚੋਂ 1400 ਰੁਪਈਆ ਖਰਚ ਦੇ, ਘਟਣਾ ਹੈ ਕਿ ਨਹੀਂ ਅਕਾਊਂਟ 'ਚੋਂ? ਇੱਥੇ ਮੇਰਾ ਗੁਰੂ ਗਰੰਟੀ ਦੇ ਰਿਹਾ ਕਿਤੇ ਸੱਚੇ ਧਨ ਦੇ ਭੰਡਾਰ ਭਰ ਲਾ, ਹਰ ਧਨ ਕੇ ਭਰ ਲਿਓ ਭੰਡਾਰ, ਭਰ ਕੇ ਵੇਖ ਫਿਰ ਖਰਚੀ ਵੀ ਜਾਈ। ਗੁਰੂ ਗਰੰਟੀ ਦੇ ਰਿਹਾ ਇਹ ਧਨ ਅਖੁੱਟ ਨਾਨ ਖੁੱਟੇ ਨਾ ਜਾਏ, ਇਹ ਮੁੱਕਣ ਵਾਲਾ ਹੀ ਨਹੀਂ। ਇਕੱਠਾ ਤੇ ਕਰ, ਇਕੱਠਾ ਤੇ ਕਰ। ਸੱਚਮੁੱਚੀ ਇੱਕ ਹੱਥ 'ਚ ਜੋ ਚੀਜ਼ਾਂ ਨਹੀਂ ਫੜੀਆਂ ਜਾਂਦੀਆਂ ਅਤੇ ਇੱਕ ਵਾਰ ਦੋ ਪਾਸੇ ਨਹੀਂ ਵੇਖਿਆ ਜਾਂਦਾ। ਪਕੜ ਰਹੇ ਹੋ? ਇੱਕ ਵਾਰ ਦੋ ਪਾਸੇ, ਇੱਕ ਵਾਰ ਇੱਕੇ ਵਾਰੀ ਵੇਖਿਆ ਜਾਣਾ, ਇੱਕ ਚੀਜ਼ ਵੱਲ ਵੇਖਿਆ ਜਾਣਾ, ਜਾਂ ਸੱਚ ਵੱਲ ਵੇਖ ਲਾ। ਅਤੇ ਮੈਂ ਤੈਨੂੰ ਇਹ ਵੀ ਗਰੰਟੀ ਦਿੰਦਾ ਵੀ ਪਿਓ ਦੇ ਘਰ ਬਹਿ ਕੇ ਆਪਣੇ ਬਾਪ ਦੇ ਭਰੋਸੇ 'ਤੇ ਜਿੱਦਣ ਸੱਚਾ ਆਇਆ ਭੁੱਖਾ ਇਹਨੇ ਫੇਰ ਨਹੀਂ ਰਹਿਣ ਦੇਣਾ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਅਜੇ ਤਾਂ ਤੇਰੇ ਨਾਮ ਨਾਲ, ਨਾਮ ਨਾਲ ਸ਼ਬਦ ਜੁੜਿਆ ਏ ਅਮੀਰ। ਕੀ ਤੂੰ ਬਣ ਕੇ ਬੈਠਾ? ਚਾਰ ਕੁ ਦਮੜੀਆਂ ਜੋੜ ਕੇ ਕੀ ਬਣ ਕੇ ਬੈਠਾ? ਇਹਨੂੰ ਪੁੱਛ, ਮੇਰੇ ਕੋਲ ਚਾਰ ਦਮੜੀਆਂ ਜੀ, ਮੈਂ ਅਮੀਰ ਹਾਂ। ਮੇਰਾ ਬਾਪੂ ਕਹਿੰਦਾ ਜਿਨ ਕੇ ਪੱਲੇ ਧਨ ਵਸੇ। ਮੈਂ ਨਹੀਂ ਤੈਨੂੰ ਕਹਿੰਦਾ ਵੀ ਤੇਰੇ ਕੋਲ ਪੈਸਾ ਨਾ ਹੋਵੇ। ਜੇ ਤੂੰ ਪੈਸਾ ਮੰਗਦਾ ਤਾਂ ਮੈਂ ਬਾਪੂ ਅੱਗੇ ਅਰਦਾਸ ਕਰਦਾ, ਮਹਾਰਾਜ ਜਿਹੜੇ ਜਿਹੜੇ ਤੇਰੇ ਕੋਲ ਪੈਸਾ ਮੰਗਦੇ ਭਰ ਦਿਓ ਝੋਲੀਆਂ, ਤੁਹਾਡੇ ਕਿਹੜਾ ਘਾਟਾ ਹੈ?
ਮਗਰ ਇਹ ਤਾਂ ਨਾਲ ਨਹੀਂ ਜਾਣਾ। ਜੋ ਤੁਸੀਂ ਇਕੱਠਾ ਕਰ ਰਹੇ ਹੋ ਮੇਰੇ ਉਹ ਵੀਰੋ ਮੇਰੀ ਉਹ ਭੈਣੋ, ਬਾਬੇ ਨਾਨਕ ਦੇ ਪੁੱਤਰ ਦੇ ਅੰਦਰ ਇੱਕ ਗਹਿਰਾ ਸੰਤੋਖ ਚਾਹੀਦਾ। ਭਗਤੀ ਸ਼ੁਰੂ ਕਿੱਦਣ ਹੁੰਦੀ? ਜਿੱਦਣ ਉਹ ਇੱਕ ਪੈਸੇ 'ਚ ਹੋ ਜੇ, ਉਹ ਕਰੋੜ 'ਚ ਨਾ ਹੋਵੇ। ਆਖੋ ਵਾਹਿਗੁਰੂ ਸਾਹਿਬ ਜੀ ਅੱਜ ਕਹਿੰਦੇ ਆ ਕਾਚਾ ਧਨ ਫੋਨ ਇਹਨੇ ਟਿਕਣਾ ਨਹੀਂ ਹੋ, ਜਿਉਂ ਟਿਕੇ ਨਾ ਬਿਰਖ ਕੀ। ਜਿਤਨਾ ਬਿਰਖ ਦੀ ਛਾਂ ਨਹੀਂ ਟਿਕਦੀ ਇਹਨੇ ਪੈਸੇ ਨੇ ਕਦੀ ਆਉਣਾ ਹੀ। ਜਬ ਕਿਛ ਪਾਵੇ ਤਬ, ਉੱਚੀ ਬੋਲੋ, ਸਿਰ ਚੁੱਕੋ ਥੋੜ੍ਹਾ ਜਿਹਾ, ਥੱਲੇ ਨੂੰ ਹੋ ਗਏ ਹੋ। ਜਬ ਕਿਛ ਪਾਵੇ ਤਬ ਮਾਇਆ ਗਈ, ਉੱਚੀ ਬੋਲੋ, ਮਾਇਆ ਗਈ ਤਬ ਰੋਮਣ ਲੱਗਤ ਹੈ। ਕਿਉਂ ਐਸੇ ਪੰਗੇ 'ਚ ਪਿਆ, ਕਦੀ ਹੱਸਦਾ ਹੈ ਅਤੇ ਕਦੀ ਰੋਂਦਾ ਹੈ। ਆ ਜਾ ਇੱਕ ਜਗ੍ਹਾ 'ਤੇ ਟਿਕ ਜਾਈਏ ਜਿੱਥੇ ਪੁੱਤ ਵਾਰ ਕੇ ਵੀ ਕੋਈ ਰੋਂਦਾ ਨਹੀਂ, ਜਿੱਥੇ ਮਾਂ ਵਾਰ ਕੇ ਵੀ ਕੋਈ ਰੋਂਦਾ ਨਹੀਂ, ਉੱਥੇ ਆ ਜਾ। ਲਿਆਉਣ ਨੂੰ ਤਿਆਰ ਆ ਮੇਰਾ ਬਾਬਾ, ਆ ਜਾ, ਆਉਣ ਨੂੰ ਤਿਆਰ ਹੋ। ਫਿਰ ਇੱਕ ਤੀਸਰਾ ਤਾਣਾ ਇਹਦੇ ਤੋਂ ਉੱਤੇ, ਆਖੋ ਵਾਹਿਗੁਰੂ। ਹਾਂਜੀ, ਪਤਾ ਲੱਗਾ? ਅਤੇ ਤਿੰਨਾਂ ਦਾ ਹੀ ਕਮਾਲ ਦੀ ਗੱਲ ਆ, ਤਨਾਸਰੀ ਰਾਗ ਵਿੱਚ ਇਹਨਾਂ ਤਿੰਨਾਂ ਹੀ ਧਰਾਂ ਦਾ ਜ਼ਿਕਰ ਕੀਤਾ ਬਾਬੇ ਅਮਰਦਾਸ ਨੇ। ਰਾਗ ਵੀ ਤਨਾਸਰੀ ਹੈ ਅਤੇ ਬਾਣੀ ਵੀ ਤੀਸਰੇ ਜਾਮੇ ਵਿੱਚੋਂ ਪ੍ਰਗਟ ਹੋਈ। ਕਿਹੜਾ? ਇੱਕ ਤਾਂ ਕੱਚਾ, ਇੱਕ ਇਹਦਾ ਨਾਮ ਲਿਖਿਆ ਹਰ ਨਾਮ ਧਨ ਨਿਰਮਲ। ਅੱਗੇ ਤਾਂ ਬੋਲਤਾ ਜੀ ਪੀ ਲਓ ਪੀਓ, ਇੱਕ ਧਨ ਹੈ ਹਰ ਨਾਮ ਧਨ ਨਿਰਮਲ। ਕਿੰਨਾ ਕੁ ਨਿਰਮਲ ਆ ਜੀ? ਅੱਤ ਅਪਾਰਾ, ਅੱਤ ਅਪਾਰ ਨਿਰਮਲ ਧਨ। ਅਤੇ ਜਿਹਦੇ ਕੋਲ ਜਿਹੋ ਜਿਹੀ ਮਾਇਆ ਹੋਵੇ ਉਹੋ ਜਿਹੀ ਉਹਦੀ ਬੁੱਧੀ ਬਣਾਉਂਦਾ ਹੈ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਜਿਹੋ ਜਿਹਾ ਪੈਸਾ ਹੋਵੇ ਉਹੋ ਜਿਹੀ ਉਹਦੀ ਬੁੱਧੀ 'ਤੇ ਅਸਰ ਕਰਦਾ ਹੈ। ਜਿਹੜਾ ਹਰੀ ਦੇ ਨਾਮ ਦਾ ਨਿਰਮਲ ਧਨ ਜਿਹਨਾਂ ਕੋਲ ਆਉਂਦਾ ਉਹਨਾਂ ਦੀ ਬੁੱਧੀ ਵੀ ਨਿਰਮਲ ਕਰ ਦਿੰਦਾ। ਹਰ ਨਾਮ ਧਨ ਨਿਰਮਲ ਅਤ ਅਪਾਰਾ। ਬਾਪੂ ਜੀ 120 ਡਲਟਾ ਸਰੀ ਵਾਲੇ ਗੁਰਦੁਆਰੇ 'ਚ ਤੁਹਾਡੀਆਂ ਧੀਆਂ ਬੈਠੀਆਂ, ਵੀਰ ਬੈਠੇ, ਗੁਰਸਿੱਖ ਪੁੱਛਦੇ ਨੇ ਇਹ ਧਨ ਕਿੱਥੋਂ ਮਿਲਦਾ? ਆਖੋ ਵਾਹਿਗੁਰੂ, ਇਹ ਧਨ ਗੁਰ ਕੈ ਸ਼ਬਦ ਭਰੇ ਭੰਡਾਰਾ। ਗੁਰ ਕੈ ਸ਼ਬਦ, ਵਾਹਿਗੁਰੂ 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 ਵਾਹਿਗੁਰੂ, ਇੱਥੋਂ ਮਿਲਦਾ ਹੈ। ਵਾਹਿਗੁਰੂ 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 ਵਾਹਿਗੁਰੂ। ਇਕੱਠਾ ਇਕੱਠਾ ਕਰਨਾ, ਇਕੱਠਾ ਕਰਨਾ ਧੀਓ, ਇਕੱਠਾ ਕਰਨਾ ਭੈਣੋ।
ਇੱਕ ਛੋਟੇ ਜਿਹੇ ਬੱਚੇ ਦੇ ਹੱਥ 'ਚ ਹਵਾਈ ਜਹਾਜ਼ ਆ ਖਿਡਾਉਣਾ, ਕੀ ਕਿਹਾ, ਛੋਟੇ ਜਿਹੇ ਬੱਚੇ ਦੇ ਹੱਥ 'ਚ ਖਿਡਾਉਣੇ ਦਾ ਹਵਾਈ ਜਹਾਜ਼ ਉਹਦੇ ਕੋਲੋਂ ਲਓ ਤਾਂ ਦਿੰਦਾ। ਜਿਹੜਾ ਤੁਹਾਨੂੰ ਸੱਚੀ ਮੁੱਚੀ ਸੱਚਿਆਂ ਜਹਾਜ਼ਾਂ 'ਤੇ ਪੈਸਾ ਪਾ ਸਕਦਾ ਹੈ, ਤੁਸੀਂ ਕਦੀ ਨਹੀਂ ਛੱਡੋਗੇ ਗੁਰੂ ਕੇ ਸਿੱਖੋ। ਨਹੀਂ ਪਤਾ ਲੱਗਾ, ਜਿਹੜਾ ਟਿਕਟਾਂ ਲੈ ਕੇ ਸੱਚੀ ਮੁੱਚੀ ਦੇ ਜਹਾਜ਼ 'ਤੇ ਚੜ੍ਹਾ ਸਕਦਾ ਹੈ। ਜੇ ਇੱਕ ਬੱਚਾ ਛੋਟਾ ਜਿਹਾ ਜਹਾਜ਼ ਨਹੀਂ ਛੱਡਦਾ ਤਾਂ ਅਸੀਂ ਵੀ ਤਾਂ ਨਿਆਣੇ ਹੀ ਹਾਂ ਨਾ, ਅਸੀਂ ਪੈਸਾ ਕਦੀ ਛੱਡਣ ਨੂੰ ਤਿਆਰ ਨਹੀਂ। ਮੈਂ ਤੁਹਾਨੂੰ ਫਿਰ ਕਹਿੰਦਾ, ਇਸ ਧਨ ਦੇ ਪਿੱਛੇ ਲੱਗ ਕੇ ਆਊਗਾ ਜਿਹੜਾ ਤੁਹਾਡੇ ਕੋਲ ਪੈਸਾ, ਇੰਨਾ ਸਕੂਨ ਬਖਸ਼ੂਗਾ ਤੁਹਾਨੂੰ। ਅਜੇ ਸਕੂਨ ਨਹੀਂ ਜ਼ਿੰਦਗੀ 'ਚ, ਮੰਨਦੇ ਹੋ ਕਿ ਨਹੀਂ? ਵੇਖੋ, ਬਾਪੂ ਕੋਲ ਮੰਨ ਜਾਈਏ ਨਾ ਤਾਂ ਸੱਚਮੁੱਚ ਹੀ ਆਰਾਮ ਆਉਂਦਾ ਹੈ। ਬਾਪੂ ਕੋਲ ਮੰਨਣ, ਬਾਪੂ ਕੋਲ ਮੰਨਣ, ਮੈਂ ਤਾਂ ਚੌਂਕੀਦਾਰ ਹਾਂ ਭਜਨ ਸੁਣਾਉਣ ਵਾਲਾ। ਆਖੋ ਵਾਹਿਗੁਰੂ, ਤੁਸੀਂ ਕਹੋ ਮੇਰੇ ਪਿਤਾ ਜੀ, ਤੁਸੀਂ ਕਹਿੰਦੇ ਜੋ ਜੋ ਦੀਸੇ ਸੋ ਸੋ ਰੋਗੀ, ਅਤੇ ਸੱਚੀ ਮੁੱਚੀ ਮੈਂ ਉਹਨਾਂ ਦੀ ਲਿਸਟ ਵਿੱਚੋਂ ਹੀ ਹਾਂ, ਮੈਂ ਵੀ ਰੋਗੀ ਹਾਂ। ਤੁਸੀਂ ਕਿਹਾ ਉੱਚੇ ਚੜ੍ਹ ਕੇ ਵੇਖਿਆ ਤਾਂ ਘਰ ਘਰ ਇਹ ਅਤੇ ਮੇਰੇ ਵੀ ਲੱਗੀ ਆ। ਬਹੁਤ ਸਾਰੇ ਮੂੰਹ ਨੇ ਜਿਹੜੇ ਕਰੀਮ ਨਾਲ ਚਮਕੇ ਨੇ, ਬਹੁਤ ਸਾਰੇ ਮੂੰਹ ਨੇ ਜਿਹੜੇ ਤੇਲ ਨਾਲ ਥੰਦੇ ਹੋਏ, ਮਗਰ ਵਿੱਚੋਂ ਸੁੱਕੇ ਡਰਾਈ ਨੇ। ਕਿੰਤੀ ਚੋਬਨ ਪ੍ਰੀਤ ਬਿਨ ਸੁੱਕ ਗਏ, ਸੁੱਕੇ ਨੇ ਕਮਲਾਏ ਨੇ। ਗੁਰਦੁਆਰੇ ਆਉਣ ਲੱਗੇ, ਦੋ ਪੈਸੇ ਦੀ ਕਰੀਮ ਮਲ ਲਈ, ਵਾਹ ਵਾਹ ਲੱਗਾਂਗੇ ਵੀ ਮੂੰਹ ਹਰਿਆ ਹੈ। ਹਰਿਆ ਕੌਣ ਆ? ਜਿਹਨੇ ਹਰ ਕਾ ਨਾਮ ਧਿਆਏ ਕੇ ਹੋ ਹਰਿਆ ਪਾਏ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਹਰੇ ਉਹ ਹੋਏ ਜਿਹਨਾਂ ਪਰਮੇਸ਼ਵਰ ਦਾ ਨਾਮ ਜਪਿਆ। ਹਰ ਨਾਮ ਤਾਂ ਨਿਰਮਲ ਅਤ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ। ਅੱਜ ਵਾਲੇ ਬਚਨ ਦੀ ਵਿਚਾਰ ਕਰੀਏ। ਸ਼ਬਦ ਦਾ ਮੂਲ ਪਾਠ ਹੈ ਪਾਪ। ਕੀ ਜੀ? ਪਾਪ 'ਤੇ ਘੁੰਮਿਆ ਸਾਰਾ ਸ਼ਬਦ ਹੈ। ਹੱਥ ਖੜਾ ਕਰੋਗੇ, ਦੱਸੋਗੇ ਪਾਪ ਕੀ ਹੁੰਦਾ ਹੈ? ਪਾਪ ਵੈਸੇ ਰਟਨ 'ਤੇ ਬੜਾ ਕੀਤਾ, ਮੇਰੇ ਕੋਲੋਂ ਪਾਪ ਹੋ ਗਿਆ, ਮੇਰੇ ਕੋਲੋਂ ਪੁੰਨ ਹੋ ਗਿਆ, ਕੀਤਾ ਕਿ ਨਹੀਂ? ਬੋਲੋ ਭਾਅ ਜੀ, ਮੇਰੇ ਕੋਲੋਂ ਅਤੇ ਮੇਰੇ ਕੋਲੋਂ ਪਾਪ ਕਹਿੰਦੇ ਕਿਹਨੂੰ? ਇਹਨੂੰ ਸਿੰਘ ਨੂੰ ਮੈਂ ਪੁੱਛਿਆ ਸੀ ਪਰਸੋਂ ਗੱਡੀ 'ਚ, ਕਹਿੰਦਾ ਜੀ ਕੋਈ ਕਰਹਿਤ ਹੋ ਜਾਣੀ, ਚੌਂਕੜਾ ਮਾਰ ਪੁੱਤ, ਚੌਂਕੜਾ ਮਾਰੋ, ਚੌਂਕੜਾ ਮਾਰੋ ਆ ਭੈਣ ਨੂੰ, ਅੱਛਾ ਸੋਹਣੀ ਤਰ੍ਹਾਂ, ਕੋਈ ਕਰਹਿਤ ਹੋ ਜਾਣੀ। ਮੈਂ ਕਿਹਾ ਗੁਨਾਹ ਗਿਣਿਆ ਜਾਣਾ ਹੈ, ਪਾਪ ਨਹੀਂ। ਨੋਟ ਕਰ ਰਹੇ ਹੋ, ਜਿਹੜੀ ਕਰਹਿਤ ਕਰਨੀ ਇਹ ਕੀ ਹੈ? ਗੁਨਾਹ ਹੋ ਗਿਆ। ਗੁਨਾਹਾਂ ਦੀ ਮਾਫ਼ੀ ਕਹਿੰਦੇ, ਪਾਪਾਂ ਦੀ ਕੋਈ ਨਹੀਂ ਕਹਿੰਦਾ। ਜਦੋਂ ਆਪਾਂ ਪੰਜਾਂ ਦੇ ਸਾਹਮਣੇ ਪੇਸ਼ ਹੁੰਦੇ ਹਾਂ ਤਾਂ ਕੀ ਕਹਿੰਦੇ? ਮੇਰੇ ਕੋਲੋਂ ਗੁਨਾਹ ਹੋ ਗਏ, ਕਰਹਿਤ ਹੋ ਗਈ, ਮੈਨੂੰ ਮਾਫ਼ੀ ਦਿਓ। ਪਾਪਾਂ ਦੀ ਵੀ ਕਦੀ ਇੱਕ ਸ਼ਬਦ ਵਰਤਿਆ ਕਿਸੇ ਨੇ? ਤੁਸੀਂ ਤਾਂ ਰੋਜ਼ ਪੰਜਾਂ 'ਚ ਲੱਗਦੇ। ਅਸੀਂ ਕਿਸੇ ਨੇ ਕਿਹਾ ਮੇਰੇ ਕੋਲ ਪਾਪ ਹੋ ਗਏ? ਪਾਪ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਗੁਰਸਿੱਖਾਂ ਨੇ ਵੀ ਆਪਣੇ ਆਪ ਨੂੰ ਉੱਚਾ ਸਿੱਧ ਕਰਨ ਲਈ ਕਿਸੇ ਨੂੰ ਨੀਵਾਂ ਵਿਖਾਉਣਾ, ਇਹ ਪਾਪ ਆ। ਆਖੋ ਵਾਹਿਗੁਰੂ। ਪਤਾ ਲੱਗਾ ਜੀ ਗਤਕਾ ਮਾਸਟਰ ਜੀ, ਪਤਾ ਲੱਗਾ ਹੈ ਕੀ? ਇੱਕ ਵਾਰ ਬੋਲੋ ਸਾਰੇ, ਦੂਸਰੇ ਨੂੰ ਆਪਣੀ ਇੱਜ਼ਤ ਬਣਾਉਣ ਲਈ ਕਿਸੇ ਦੀ ਬੇਇੱਜ਼ਤੀ ਕਰਨੀ, ਇਹ ਪਾਪ ਆ। ਪਤਾ ਲੱਗ ਗਿਆ ਕਿ? ਦੁਬਾਰਾ ਦੱਸਾਂ ਇੱਕ ਵਾਰ, ਲੱਗ ਗਿਆ ਜੀ? ਅਤੇ ਅਕਸਰ ਇਨਸਾਨ ਗੱਲਾਂ ਗੱਲਾਂ ਵਿੱਚ
ਨੂੰ ਨੀਵਾਂ ਵਿਖਾਉਂਦਾ ਹੈ ਉੱਥੋਂ ਸਿੱਧ ਹੋ ਜਾਂਦਾ ਵੀ ਇਹ ਆਪਣੇ ਆਪ ਨੂੰ ਉੱਚਾ ਵਿਖਾਉਣਾ ਚਾਹੁੰਦਾ ਹੈ। ਪਕੜ ਰਹੇ ਹੋ ਨਾ? ਜਦੋਂ ਕਿਸੇ ਨੂੰ ਗੱਲਾਂ ਗੱਲਾਂ ਕਰਦਾ ਬੜੀ ਹੁਸ਼ਿਆਰੀ ਨਾਲ, ਬੜੀ ਹੁਸ਼ਿਆਰੀ ਨਾਲੇ ਹੱਸੀ ਜੂਗਾ, ਨਾਲੇ ਆਖੇ ਜੂਗਾ ਉਹ ਫਲਾਣਾ ਸਿੰਘ ਨੇ ਇਸ ਤਰ੍ਹਾਂ ਕਰਤਾ, ਫਲਾਣਾ ਸਿੰਘ ਨੇ ਵਿੱਚੋਂ। ਉਹਦਾ ਮਕਸਦ ਕੀ ਹੁੰਦਾ ਹੈ? ਮੈਂ ਇਹਨਾਂ ਦੇ ਸਾਹਮਣੇ ਉਹਨੂੰ ਨੀਵਾਂ ਵਿਖਾਵਾਂ ਅਤੇ ਉਹਨੂੰ ਨੀਵਾਂ ਵਿਖਾਊਂਗਾ ਅਤੇ ਆਪ। ਇਹਨੂੰ ਕਹਿੰਦੇ ਪਾਪ, ਨੋਟ ਕਰ ਲਿਓ। ਇਹਨੂੰ ਕੀ ਕਹਿੰਦੇ? ਅੱਜ ਕਹਿੰਦੇ ਪਾਪ ਬੁਰਾ ਹੈ, ਉੱਤੇ ਪੜ੍ਹੋ, ਉਹ ਬੋਰਡ 'ਤੇ ਜਾਓ। ਨਹੀਂ ਨਹੀਂ ਅਜੇ ਮੈਂ ਕਿਹਾ ਹੀ ਨਹੀਂ, ਮੈਂ ਤਾਂ ਕਿਹਾ ਪਾਪ ਬੁਰਾ, ਬੋਲੋ। ਪਾਪ ਬੜਾ ਬੁਰਾ ਹੈ, ਬੜੀ ਵੱਡੀ ਬੁਰਿਆਈ ਹੈ ਪਾਪ ਕਰਨਾ, ਕਿਸੇ ਦੀ ਨਿੰਦਾ ਕਰਨੀ, ਕਿਸੇ ਨੂੰ ਨੀਵਾਂ ਵਿਖਾਉਣਾ, ਆਪਣੇ ਆਪ ਨੂੰ ਉੱਚਾ ਰੱਖਣਾ, ਇਹ ਬੜੀ ਇੱਕ ਬੁਰੀ ਗੱਲ ਆ। ਮਗਰ ਪਾਪੀ ਨੂੰ ਬੜਾ ਪਿਆਰਾ ਹੈ, ਉਹਦੇ 24 ਘੰਟੇ ਲੱਗਾ ਹੀ ਇਸੇ ਗੱਲ 'ਚ। ਤੁਸੀਂ ਕਿਸੇ ਨੂੰ ਪੁੱਛ ਕੇ ਵੇਖ ਲਓ ਤੇਰੀ ਦਰਾਣੀ ਕਿਤਰਾਂ ਦੀ ਆ, ਆਖੋ ਵਾਹਿਗੁਰੂ। ਪਕੜ ਰਹੇ ਹੋ ਧੀਓ? ਚਲੋ ਮੈਂ ਦਰਾਣੀ ਵੱਲ ਆਇਆ ਅਤੇ ਤੁਹਾਡੇ ਨਾਲ ਮੁਖਾਤਮ ਆ, ਇੱਧਰ ਵੀ ਆਊਂਗਾ, ਆਖੋ ਵਾਹਿਗੁਰੂ। ਇਕੱਠੇ ਬਹਿੰਦੇ ਨੇ, ਇੱਕੇ ਘਰ 'ਚ ਰਹਿੰਦੇ, ਇੱਕ ਛੱਤ ਥੱਲੇ ਰਹਿੰਦੇ ਨੇ, ਹੱਸਦੇ ਵੀ ਆ, ਖੇਡਦੇ ਵੀ ਆ, ਇੱਕੇ ਰਸੋਈ 'ਚ ਰੋਟੀ ਖਾਂਦੇ। ਮਗਰ ਕਿਸੇ ਨੂੰ ਪੁੱਛੋ, ਬੇਟਾ ਨਰਿੰਦਰ ਤੇਰੀ ਦਰਾਣੀ ਕਿਤਰਾਂ ਹੈ? ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਉਹਨੇ ਦੱਸਦੀ ਦੱਸਦੀ ਨੇ ਬਹੁਤ ਕੁਝ ਦੱਸ ਜਾਣਾ ਹੈ ਜਿਹਦੇ ਨਾਲ ਉਹਨੂੰ ਨੀਵਾਂ ਵਿਖਾਉਣਾ ਹੈ, ਹੈ ਕਿ ਨਹੀਂ? ਬੋਲੋ ਗੁਰੂ ਕਿਸੇ। ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੇ ਦੋਸਤ ਨੇ, ਤੁਹਾਨੂੰ ਪੁੱਛੋ ਉਹ ਤੇਰਾ ਜਿਹੜਾ ਫਲਾਣਾ ਦੋਸਤ ਹੈ ਯਾਰ ਬਹੁਤ ਚੰਗਾ ਹੈ, ਆਖੋ ਵਾਹਿਗੁਰੂ। ਤੁਸੀਂ ਕਹੋ ਉਹ ਬਹੁਤ ਚੰਗਾ ਹੈ, ਤੁਸੀਂ ਬੜੀ ਹੁਸ਼ਿਆਰੀ ਨਾਲ ਦੱਸੋਗੇ ਹਾਂ ਹਾਂ ਚੰਗਾ ਤਾਂ। ਜਦੋਂ ਕਹਿੰਦੇ ਨਾ ਚੰਗਾ ਤਾਂ ਬਹੁਤ ਆ, ਤਾਂ ਜਿਹੜਾ ਕਹਿ ਗਿਆ ਨਾ ਅਤੇ ਪਰ ਕਹਿ ਗਿਆ ਵਿੱਚ, ਇਹਦੇ 'ਚ ਤੂੰ ਬਹੁਤ ਕੁਝ ਦੱਸ ਗਿਆ ਹੈ। ਇਹਨੂੰ ਚੰਗਾ ਕਿਉਂ ਕਹਿਤਾ, ਇਹਨੂੰ ਚੰਗਾ ਕਿਉਂ ਕਹਿਤਾ? ਇਹਨਾਂ ਨਾਲ ਮੈਂ ਬਚਨ ਕਰ ਰਿਹਾ ਸਾਂ, ਆਖੋ ਵਾਹਿਗੁਰੂ। ਗੱਜ ਕੇ ਬੋਲੋ ਨਾ ਉੱਚੀ, ਇਤਰਾ ਬਹੁਤ ਭਲਾ। ਵੇਖੋ ਮੈਂ ਬੁੱਢਾ ਤੁਹਾਡੇ ਨਾਲੋਂ ਇਤਰਾ ਬਹਿਨਾ, ਤੁਸੀਂ ਵੀ ਵਿਆਹ ਕਰੋ, ਗੋਡਿਆਂ 'ਤੇ ਹੱਥ ਰੱਖ ਕੇ ਐਂ ਲੱਕ ਸਿੱਧਾ ਕਰਕੇ। ਇੱਕ ਸਾਧੂ ਬੰਦਗੀ ਕਰਨ ਲੱਗ ਪਿਆ, ਸੁਣਿਓ ਹੁਣ ਧਿਆਨ ਨਾਲ। ਅਤੇ ਬੰਦਗੀ ਕਰਦਾ ਕਰਦਾ ਸੈਨ ਆਉਣ ਲੱਗ ਪਏ ਚੰਗੇ, ਕੱਲ੍ਹ ਸੁਣਾਇਆ ਸੀ ਤੁਹਾਨੂੰ, ਸੈਨ ਚੰਗੇ ਆਉਣ ਲੱਗ ਪਏ। ਕਿਹਨੂੰ? ਸਾਧੂ ਨੂੰ, ਵੀ ਅੱਗੇ ਥੋੜ੍ਹੇ ਬਹੁਤੇ ਮੈਸੇਜ ਆਉਣ ਲੱਗ ਪਏ। ਉਹਦਾ ਇੱਕ ਦੋਸਤ ਸੀ, ਚੰਗੀ ਤਰ੍ਹਾਂ ਸੁਣਿਓ ਨਹੀਂ ਤਾਂ ਅਰਥ ਦੇ ਅਨਰਥ ਹੋ ਜਾਣਗੇ, ਆਖੋ ਵਾਹਿਗੁਰੂ। ਇੱਕ ਉਹਦਾ ਦੋਸਤ ਸੀ, ਉਹ ਵੀ ਸਿਮਰਨ ਕਰਦਾ ਸੀ, ਉਹ ਵੀ ਬੰਦਗੀ ਕਰਦਾ ਸੀ। ਇੱਕ ਦਿਨ ਜਿਹੜਾ ਉਹਦਾ ਦੋਸਤ ਸੀ, ਉਹਨੇ ਉਹਨੂੰ ਸੁਨੇਹਾ ਭੇਜਿਆ ਵੀ ਮੈਂ ਤੈਨੂੰ ਮਿਲਣ ਆਉਣਾ ਹੈ। ਪਹਿਲੇ ਸਾਧੂ ਨੂੰ ਉਹਦੇ ਦੋਸਤ ਨੇ ਵੀ ਮੈਂ ਤੈਨੂੰ ਮਿਲਣ ਆਉਣਾ ਹੈ। ਉਹਨੇ ਕਿਹਾ ਜੀ ਆਇਆ। ਜਦੋਂ ਉਹ ਪਹੁੰਚਿਆ ਤਾਂ ਦੂਰੋਂ ਆਉਣਾ ਸੀ ਉਹਨੇ, ਦੋ ਨੰਬਰ ਵਾਲੇ ਨੇ, ਦੋ ਨੰਬਰ ਵਾਲਾ ਕਹਿੰਦਾ ਅਤੇ ਇੱਕ ਨੰਬਰ ਵਾਲਾ, ਤਾਂ ਕਿ ਤੁਹਾਨੂੰ ਸਮਝ ਲੱਗ ਜਾਏ। ਹੈ ਦੋਨੋਂ ਹੀ ਸਾਧੂ ਸੀ, ਆਪਣੇ ਆਪ ਨੂੰ ਸਾਧੂ ਗਿਣਦੇ ਸੀ। ਜਿਹਨੇ ਦੂਰੋਂ ਆਉਣਾ ਸੀ, ਰਾਹ ਦੇ ਵਿੱਚ ਮਿੱਟੀ ਘੱਟਾ ਪੈ ਕੇ ਉਹਦੇ ਕੱਪੜੇ ਮੈਲੇ ਹੋ ਗਏ। ਪਕੜ ਰਹੇ ਹੋ? ਆਖੋ ਵਾਹਿਗੁਰੂ। ਜਦੋਂ ਉਹਦੇ ਕੋਲ ਪਹੁੰਚਿਆ ਤਾਂ ਉਹਨੇ ਵੇਖਿਆ ਇਹਦੇ ਕੱਪੜੇ ਬੜੇ ਮੈਲੇ ਨੇ, ਅਤੇ ਮੇਰਾ ਮਿੱਤਰ ਹੈ, ਇਹ ਵੀ ਸਾਧੂ ਆ, ਗੁਰੂ ਦੀ ਬੰਦਗੀ ਕਰਦਾ ਹੈ। ਉਹਨੂੰ ਰਾਜੇ ਨੇ ਇੱਕ ਪੁਸ਼ਾਕ ਦਿੱਤੀ ਸੀ, ਪਹਿਲੇ ਸਾਧੂ ਨੂੰ। ਖੁਸ਼ ਹੋ ਕੇ ਰਾਜੇ ਨੇ ਇੱਕ ਬਹੁਤ ਸੁੰਦਰ ਪੁਸ਼ਾਕ ਦਿੱਤੀ ਸੀ। ਉਹਨੇ ਕਿਹਾ ਮੇਰੇ ਦੋਸਤ, ਤੂੰ ਐਡੀ ਦੂਰੋਂ ਆਉਂਦਾ ਆਉਂਦਾ ਤੇਰੇ ਕੱਪੜੇ ਮੈਲੇ ਹੋ ਗਏ ਨੇ, ਮੈਂ ਕਿਸੇ ਦੇ ਘਰ ਜਾਣਾ ਹੈ, ਅੱਜ ਮੈਨੂੰ ਕਿਸੇ ਨੇ ਸੱਦਿਆ ਹੈ, ਆਖੋ ਵਾਹਿਗੁਰੂ। ਜੇ ਤਾਂ ਤੂੰ ਆਰਾਮ ਕਰਨਾ ਹੈ ਤਾਂ ਤੂੰ ਆਰਾਮ ਕਰ,
ਜੇ ਮੇਰੇ ਨਾਲ ਜਾਣਾ ਹੈ ਤਾਂ ਤੂੰ ਤਿਆਰ ਹੋ ਜਾ। ਉਹ ਜਿਹੜਾ ਬਾਹਰੋਂ ਆਇਆ ਸੀ ਉਹਨੇ ਕਿਹਾ ਮੈਂ ਘਰ ਬਹਿਣ ਨੂੰ ਨਹੀਂ ਆਇਆ, ਆਰਾਮ ਕਰਨ ਨੂੰ ਨਹੀਂ ਆਇਆ, ਮੈਂ ਤੇਰੇ ਕੋਲੋਂ ਕੁਛ ਲਾਹਾ ਲੈਣ ਆਇਆ ਵੀ ਤੁਸੀਂ ਕਿੱਥੇ ਬੈਠੇ ਹੋ ਅਤੇ ਮੈਂ ਕਿੱਥੇ ਬੈਠਾ, ਆਪਾਂ ਕੋਈ ਬਚਨ ਬਲਾਸ ਕਰੀਏ ਅਤੇ ਜਿੱਥੇ ਤੁਸੀਂ ਚੱਲੇ ਹੋ ਮੈਂ ਵੀ ਤੁਹਾਡੇ ਨਾਲ ਚੱਲੂੰ, ਉੱਥੇ ਤੁਹਾਡੇ ਬਚਨ ਸੁਣੂੰਗਾ ਕਿ ਤੁਸੀਂ ਕਿੰਨੇ ਕੁ ਉੱਚੇ ਹੋ ਅਤੇ ਕਿੱਥੇ ਕੁ ਪਹੁੰਚੇ ਹੋ। ਬਚਨਾਂ ਤੋਂ ਬੰਦਾ ਪਤਾ ਲੱਗਦਾ, ਕੱਦ ਤੋਂ ਨਹੀਂ ਪਤਾ ਲੱਗਦਾ। ਆਖੋ ਵਾਹਿਗੁਰੂ ਕੀ ਕਿਹਾ, ਬਚਨਾਂ ਤੋਂ ਬੰਦੇ ਦਾ ਪਤਾ ਲੱਗਦਾ ਵੀ ਇਹ ਬੋਲਦਾ ਕੀ ਆ। ਉਹਨੇ ਕਿਹਾ ਮੈਂ ਤੇਰੇ ਨਾਲ ਜਾਊਂ, ਨਾਲ ਚਲੇ ਗਿਆ। ਆਖੋ ਵਾਹਿਗੁਰੂ, ਜਿੱਥੇ ਪਹੁੰਚ ਗਏ ਅਤੇ ਉਹਨੇ ਆਖਿਆ ਵੀ ਤੂੰ ਇਸ ਤਰ੍ਹਾਂ ਕਰ, ਨਹਾ ਧੋ ਕੇ ਕੱਪੜੇ ਬਦਲ ਲਾ। ਉਹਨੇ ਜਿਹੜੀ ਰਾਜੇ ਵਾਲੀ ਪੁਸ਼ਾਕ ਸੀ ਨਾ ਆਪਣੇ ਦੋਸਤ ਨੂੰ ਪਵਾਤੀ। ਆ ਸੁਣਿਓ, ਹੁਣ ਸੁਣ ਰਹੇ ਹਾਂ, ਹਾਜ਼ਰ ਹੈ, ਹਾਂ ਠੀਕ ਹੈ, ਬੰਦਾ ਗੁਰੂ ਸਿੱਖ ਹੈ। ਪੁਸ਼ਾਕ ਪਵਾਤੀ ਉਹਨੂੰ ਜਿਹੜੇ ਘਰ ਗਏ। ਹੁਣ ਉਹਦੀ ਪੁਸ਼ਾਕ ਬੜੀ ਸੁੰਦਰ ਸੀ, ਜਿਹੜਾ ਦੂਸਰਾ ਆਇਆ ਸੀ ਇੱਕ ਉਹ ਵੀ ਨਾਮ ਜਪਦਾ ਸੀ, ਉਹ ਸੋਹਣਾ ਲੱਗਣ ਲੱਗ ਪਿਆ ਅਤੇ ਜਿਹਨੂੰ ਸੱਦਿਆ ਸੀ ਉਹ ਥੋੜ੍ਹਾ ਜਿਹਾ ਘੱਟ ਪ੍ਰਤਾਪੀ ਲੱਗੇ। ਕੱਪੜਿਆਂ ਦਾ ਵੀ ਪ੍ਰਭਾਵ ਹੁੰਦਾ ਬੰਦੇ 'ਤੇ, ਹੁੰਦਾ ਕਿ ਨਹੀਂ ਬੋਲੋ। ਉਹਨਾਂ ਘਰ ਵਾਲਿਆਂ ਜਾਂਦਿਆਂ ਹੀ ਆਖਿਆ, ਸੰਤ ਜੀ ਆਹ ਤੁਹਾਡੇ ਨਾਲ ਕੌਣ ਆ? ਕਿਆ ਬਾਤ ਆ, ਬੜੀ ਅੱਬ ਆ ਇਹਦੀ, ਪਕੜ ਰਹੇ ਹੋ, ਬੜੀ ਅੱਬ ਆ ਇਹਦੀ, ਬੜਾ ਸੁੰਦਰ ਲੱਗਦਾ ਹੈ। ਹਾਏ 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 ਹਾਏ, ਪਹਿਲੇ ਸਾਧ ਨੂੰ ਅੱਗ ਲੱਗ ਗਈ। ਉਹਨੇ ਕਿਹਾ ਆਇਆ ਮੇਰੇ ਨਾਲ ਅਤੇ ਸਿਫਤ ਇਹਦੀ ਕਰਤੀ ਵੀ ਬੱਲੇ 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 ਬੜਾ ਜਾਚ ਰਿਹਾ। ਉਹਨੇ ਕਿਹਾ ਜੀ ਇਹ ਮੇਰੇ ਮਿੱਤਰ ਨੇ, ਕਾਫੀ ਦੂਰ ਮੇਰੇ ਤੋਂ ਰਹਿੰਦੇ ਅਤੇ ਇਹ ਵੀ ਸੰਤ ਨੇ, ਇਹ ਵੀ ਮਹਾਤਮਾ ਬੰਦਗੀ ਕਰਦੇ ਆ, ਮਗਰ ਜਿਹੜੇ ਇਹਨਾਂ ਕੱਪੜੇ ਪਾਏ ਆ ਇਹ ਮੇਰੇ ਆ। ਹੱਸਣਾ ਨਹੀਂ, ਪਕੜਨਾ ਹੈ। ਇਹੀ ਤਾਂ ਬਾਬਿਆਂ ਤੁਹਾਨੂੰ ਅਹਿਸਾਸ ਆ ਕੇ ਭਾਈ ਜੀ ਟਿੱਚਾਂ ਕਰਾ ਕਰਾ ਕੇ ਸਾਡੀ ਜ਼ਿੰਦਗੀ ਦਾ ਇੱਕ ਇੱਕ ਸਵਾਸ ਬਰਬਾਦ ਕੀਤਾ ਹੈ। ਮੈਂ ਤਾਂ ਕਿਤੇ ਚੋਟ ਮਾਰਨੀ ਚਾਹੁੰਦਾ ਜਿਹੜੀ ਤੁਹਾਨੂੰ ਅਤੇ ਮੈਨੂੰ ਵੱਜ ਜਾਏ। ਮੈਂ ਹਸਾਉਣ ਲਈ ਥੋੜ੍ਹਾ ਇਹ ਕੋਈ ਸਾਖੀ ਬਣਾਈ ਆ, ਕਿਸੇ ਨੇ ਬਣਾਈ, ਮਹਾਂਪੁਰਸ਼ ਨੇ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ, ਹਸਾਉਣ ਨੂੰ ਨਹੀਂ। ਮੈਂ ਕਹਿੰਦਾ ਇਹਦੇ 'ਚ ਸਾਨੂੰ ਆਪਣਾ ਗਹਿਰਾ ਹੰਕਾਰ ਨਜ਼ਰ ਆਵੇ, ਦੂਸਰੇ ਨੂੰ ਨੀਵਾਂ ਵਿਖਾਉਣਾ। ਅਸੀਂ ਰੋਜ਼ ਦਾ ਕਿਰਤ ਕਰਦੇ ਕਿ ਨਹੀਂ ਬੋਲੋ? ਆਖੋ ਵਾਹਿਗੁਰੂ, ਹੈ ਤਾਂ ਮੇਰਾ ਮਿੱਤਰ ਮਗਰ ਜਿਹੜੇ ਨੇ ਇਹ ਮੇਰੇ ਨੇ, ਮੈਂ ਦਿੱਤੇ ਆ। ਬਾਹਰ ਆ ਗਏ, ਉਹ ਜਿਹੜਾ ਮਿੱਤਰ ਬਾਹਰੋਂ ਆਇਆ ਸੀ ਕੱਪੜੇ ਪਾਏ ਸੀ ਜਿਹਨੇ, ਉਹਨੇ ਕਿਹਾ ਸੱਜਣਾ ਆ ਸੁਣਿਓ ਧਿਆਨ ਨਾਲ, ਤੂੰ ਮੈਨੂੰ ਕੱਪੜੇ ਪਵਾ ਕੇ ਵੀ ਨੰਗਾ ਕਰਤਾ ਹੈ। ਕੱਪੜੇ ਪਤਾ ਲੱਗ ਗਿਆ ਵੀ ਤੂੰ ਪਵਾਏ ਤਾਂ ਸੋਹਣੇ ਕੱਪੜੇ, ਮਗਰ ਮੈਨੂੰ ਨੀਵਾਂ ਵਿਖਾਉਣ ਲਈ ਤੂੰ ਇਹ ਵੀ ਤੀਰ ਪਾ ਤਾ, ਮਾਰ ਦਿੱਤ ਵੀ ਇਹ ਕੱਪੜੇ ਮੇਰੇ ਨੇ। ਉਹਨੇ ਆਖਿਆ ਸੱਜਣਾ ਮੈਨੂੰ ਸੌਰੀ, ਮਾਫੀ ਦੇ, ਹੁਣ ਨਹੀਂ ਮੰਗਾਊਂਗਾ। ਆਖੋ ਵਾਹਿਗੁਰੂ, ਸਿੱਧੇ ਹੋ। ਉਹਨੇ ਕਿਸੇ ਹੋਰ ਵੀ ਘਰ ਜਾਣਾ, ਤਿੰਨ ਘਰਾਂ 'ਚ ਜਾਣਾ ਸੀ ਪਹਿਲੇ ਸਾਧੂ ਨੇ, ਉਹਨਾਂ ਨੂੰ ਸੱਦਿਆ ਸੀ। ਆਖੋ ਵਾਹਿਗੁਰੂ, ਉੱਥੇ ਜਾ ਕੇ ਫਿਰ ਹੋਈ ਗੱਲ, ਉਸ ਘਰ 'ਚ ਵੀ ਵੜੇ ਅਤੇ ਉਸ ਘਰ ਵਾਲਿਆਂ ਵੀ ਆਖਿਆ, ਸੰਤ ਜੀ ਆਹ ਬੰਦਾ ਕੌਣ ਆਇਆ ਤੁਹਾਡੇ ਨਾਲ? ਬੜੀ ਅੱਬਾ ਇਹਦੀ, ਕੁਝ ਕੱਪੜੇ ਸੀ, ਕੁਝ ਬੰਦਗੀ ਕਰਦਾ ਸੀ, ਉਹ ਉਹਦੇ ਤੋਂ ਸੋਹਣਾ ਲੱਗੇ, ਪਤਾ ਲੱਗਾ। ਉਹਨੇ ਕਿਹਾ ਇਹ ਕੌਣ ਆ? ਉਹਨੇ ਕਿਹਾ ਹੈ ਤਾਂ ਮੇਰਾ ਦੋਸਤ, ਮਗਰ ਮੈਂ ਕਹਿਣਾ ਨਹੀਂ, ਹੁਣ ਮੈਂ ਇਹਦੇ ਨਾਲ ਵਚਨ ਕਰਤਾ ਵੀ ਮੈਂ, ਮਗਰ ਇਹ ਕੱਪੜੇ ਜਿਹੜੇ ਇਹਨੇ ਪਾਏ ਨਾ ਇਹ ਮੇਰੇ ਨੇ। ਹਰ ਬੰਦਾ
ਇਹ ਪਾਪ ਕਰਦਾ ਹੈ, ਸੱਚੀ ਮੁੱਚੀ ਕਰਦਾ ਹੈ। ਤੁਸੀਂ ਵੀ ਕਦੀ ਵੇਖਿਓ, ਇਹ ਸੁਭਾਅ ਤੁਹਾਡੇ ਅੰਦਰ ਵੀ ਛੁਪਿਆ ਪਿਆ ਹੈ ਅਤੇ ਮੇਰੇ ਅੰਦਰ ਵੀ ਛੁਪਿਆ ਪਿਆ। ਸੱਚ ਭਾਈ, ਸਭ ਤੋਂ ਪਹਿਲਾਂ ਮੈਂ ਮੰਨਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਇਹ ਕੋਡ ਮੇਰੇ ਅੰਦਰ ਵੀ ਛੁਪਿਆ ਪਿਆ ਹੈ ਅਤੇ ਹਰ ਇੱਕ ਦੇ ਅੰਦਰ ਛੁਪਿਆ ਪਿਆ। ਕੋਈ ਬੰਦਾ ਨਹੀਂ ਚਾਹੁੰਦਾ ਮੇਰੇ ਸਾਹਮਣੇ ਕਿਸੇ ਦੀ ਕੋਈ ਉਸਤਤ ਕਰੇ। ਉਹਨੇ ਕਿਹਾ ਕੱਪੜੇ ਮੇਰੇ ਨੇ। ਉਹਨੇ ਫਿਰ ਆਖਿਆ, ਸੱਜਣਾ ਤੂੰ ਕੱਪੜੇ ਲੈ ਲਾ, ਤੂੰ ਦੋ ਥਾਂ 'ਤੇ ਮੈਨੂੰ ਨੰਗਾ ਕੀਤਾ। ਉਹਨੇ ਕਿਹਾ ਮੈਂ ਅੱਜ ਤੋਂ ਸਹੁੰ ਖਾਨਾ, ਕਦੀ ਵੀ ਨਹੀਂ ਕਹੂੰ। ਤੀਸਰੇ ਘਰ ਚਲੇ ਗਏ, ਆਖੋ ਵਾਹਿਗੁਰੂ। ਤੀਸਰੇ ਘਰ ਜਾ ਕੇ ਫਿਰ ਉਹਨਾਂ ਨੇ ਇਹੀ ਗੱਲ ਆਖੀ ਵੀ ਸੰਤ ਜੀ, ਆਹ ਜਿਹੜੇ ਮਹਾਂਪੁਰਸ਼ ਐਡੇ ਲੰਬੇ ਉੱਚੇ ਆਏ ਨੇ, ਬੜੀ ਆਭਾ ਹੈ, ਬੜਾ ਨੂਰ ਹੈ ਚਿਹਰੇ ਦੇ ਉੱਤੇ, ਇਹ ਬੜੀ ਆਭਾ ਰੱਖਦੇ ਨੇ, ਕੌਣ ਨੇ? ਉਹਨਾਂ ਕਿਹਾ ਹੈ ਤਾਂ ਮੇਰੇ ਦੋਸਤ, ਬੰਦਗੀ ਕਰਦੇ, ਨਾਮ ਜਪਦੇ, ਮਗਰ ਮੈਂ ਸਹੁੰ ਖਾਧੀ ਆ, ਨਹੀਂ ਪਤਾ ਲੱਗਾ। ਮੈਂ ਵੀ ਮੈਂ ਦੱਸਣਾ ਨਹੀਂ, ਇਹਨਾਂ ਜਿਹੜੇ ਕੱਪੜੇ ਪਾਏ ਵੈਸੇ ਮੇਰੇ ਨੇ। ਇਹ ਪਾਪ ਹਰ ਪ੍ਰਾਣੀ ਕਰਦਾ ਹੈ। ਤੁਹਾਡੇ ਸਾਹਮਣੇ ਕਿਸੇ ਦੀ ਕੋਈ ਸਿਫਤ ਕਰਦੇ, ਜਰ ਜੋਗੇ? ਕੀ ਗੱਲ, ਸਿਰ ਜਾਮ ਹੋ ਗਏ ਨੇ, ਬੋਲੋ ਨਾ। ਵੇਖੋ, ਜੇ ਆਪਣਾ ਰੋਗ ਦੱਸ ਦਾਂਗੇ ਤਾਂ ਹੋ ਸਕਦਾ ਇਹ ਨਬਜ਼ ਫੜ ਕੇ ਇੱਕ ਮਿੰਟ 'ਚ ਰਾਜ਼ੀ ਕਰਦੇ। ਦੱਸੋ ਵੀ ਮੈਂ ਆਪਣੇ ਸਾਹਮਣੇ ਕਿਸੇ ਦੀ ਸਿਫਤ ਨਹੀਂ ਸੁਣ ਸਕਦਾ। ਇੱਥੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਹੜਾ ਪਾਪੀ ਬੰਦਾ ਹੈ, ਜਿਹਦਾ ਇਹ ਸੁਭਾਅ ਆ, ਉਹਨੂੰ ਪਾਪ ਬੜਾ ਪਿਆਰਾ ਲੱਗਦਾ ਹੈ। ਕਰ ਲੱਗਦਾ ਕਿ ਨਾ, ਇੱਕ ਚੀਜ਼ ਜਿਹੜੀ ਪਿਆਰੀ ਹੋਵੇ ਉਹਨੂੰ ਘੜੀ ਘੁੜੀ ਮੁੜੀ ਵੇਖੀਦਾ ਹੈ, ਜਿਹੜਾ ਬੋਲ ਪਿਆਰਾ ਲੱਗੇ ਉਹਨੂੰ ਘੜੀ ਮੁੜੀ ਬੋਲੀਦਾ ਹੈ। ਆਖੋ ਵਾਹਿਗੁਰੂ, ਪਤਾ ਲੱਗਾ ਹੈ ਜੀ, ਉਸ ਬੋਲ ਨੂੰ ਘੜੀ ਮੁੜੀ ਬੋਲੀਦਾ। ਮਗਰ ਪਾਪ ਲੋਕਾਂ ਨੂੰ ਬੁਰਾ ਲੱਗਦਾ ਹੈ, ਮਗਰ ਪਾਪੀ ਨੂੰ ਪਿਆਰਾ ਲੱਗਦਾ ਹੈ। ਅੱਗੇ ਜਾ ਕੇ ਕਹਿੰਦੇ, ਪਾਪ ਲੱਦੇ ਜ਼ਿੰਦਗੀ 'ਚ ਆਪਣੀ ਗੱਡੀ 'ਤੇ ਕੀ ਲੱਦੇ ਨੇ, ਅਤੇ ਪਾਪੇ ਪਾਪ ਦੀ ਕਮਾਈ ਦੀ ਗੱਡੀ ਬੂਹੇ ਅੱਗੇ ਖਲੋਤੀ। ਪਾਪ ਦਾ ਹੀ ਘਰ ਹੈ, ਥੋੜ੍ਹਾ ਜਿਹਾ ਚੁਭਣਾ ਹੈ, ਕਿਉਂਕਿ ਬੱਚਿਆ ਤਾਂ ਕੋਈ ਵੀ ਨਹੀਂ, ਬੱਚਿਆ ਤਾਂ ਕੌਣ ਆ ਭਾਈ ਲਾਲੋ, ਅੱਜ ਕੌਣ ਆ ਭਾਈ ਲਾਲੋ, ਕੌਣ ਆ ਲਾਉਣਾ ਸਾ ਖਵਾਉਣ ਵਾਲਾ ਭਾਈ ਵਿਦਰ? ਆਖੋ ਵਾਹਿਗੁਰੂ। ਹਰ ਬੰਦੇ ਦੀ ਕਮਾਈ 'ਚ ਮੈਂ ਨਹੀਂ, ਮੈਨੂੰ ਨਹੀਂ ਪਤਾ ਕਨੇਡਾ ਹੈ ਕਿ ਨਹੀਂ, ਮਗਰ ਮੈਂ ਅਮਰੀਕਾ ਅਤੇ ਕਨੇਡਾ ਵੀ ਬਹੁਤ ਕੁਝ ਸੁਣਿਆ। ਇੱਥੇ ਵੀ ਜਿਹੜੀਆਂ ਮਾਸੂਮ ਬੱਚੀਆਂ ਪੜ੍ਹਨ ਆਉਂਦੀਆਂ ਪਕੜਦੇ ਹੋ, ਉਹਨਾਂ ਕੋਲੋਂ 18-18 ਘੰਟੇ ਕੰਮ ਲੈ ਕੇ ਪੈਸੇ ਦੇਣ ਵੇਲੇ ਸਾਨੂੰ ਅੰਦਰ ਹੌਲ ਪੈਂਦੇ ਆ ਵੀ ਜੇ ਇਹਦੇ 18 ਬਣਦੇ ਨੇ ਤਾਂ ਮੈਂ 16 ਦਾਂ, ਹੈਗਾ ਕਿ ਨਹੀਂ, ਬੋਲੋ ਨਾ। ਫਿਰ ਤੁਸੀਂ ਕਨੇਡਾ ਨੂੰ ਧਰਮ ਨਾਲ ਨਾ ਜੋੜ ਲੈਣਾ ਵੀ ਇੱਥੇ ਸਭ ਠੀਕ ਆ ਜੀ। ਜਿਹੜੇ ਨੌਜਵਾਨ ਬੱਚੇ ਵਿਚਾਰੇ ਕੈਸ਼ 'ਤੇ ਕੰਮ ਕਰਦੇ, ਪਕੜ ਰਹੇ ਹੋ, ਉਹਨਾਂ ਦਾ ਗਲ ਘੁੱਟਦੇ ਕਿ ਨਹੀਂ? ਅਤੇ ਉਹ ਪੈਸਾ ਜਿਹੜਾ ਇਹਨਾਂ ਦੇ ਮੂੰਹ 'ਚੋਂ ਖਿੱਚ ਕੇ ਆਪਣੇ ਬੂਹੇ ਅੱਗੇ BMW ਖਿਲਾਰੀ, ਉਹ ਪੈਸਾ ਜਿਹੜਾ ਇਹਨਾਂ ਬੱਚਿਆਂ ਦੇ ਮੂੰਹ 'ਚੋਂ ਖਿੱਚ ਕੇ ਵੱਡਾ ਕਰ ਲਿਆ ਹੈ, ਆਹ ਕਹਿਣ ਡੈ ਜੇ ਪਾਪ ਲੱਦੇ ਅਤੇ ਪਾਪੇ ਪਸਾਰਾ। ਇਹ ਪਾਪ ਦਾ ਪਸਾਰਾ ਹੈ ਵੱਡਾ ਘਰ, ਨੋਟ ਕਰਿਓ ਗੁਰੂ ਕੇ ਸਿੱਖੋ, ਬੋਲੋ ਭਲਾ ਕਾਹਦਾ ਪਸਾਰਾ ਹੈ? ਇਹ ਵੱਡੇ ਵੱਡੇ ਘਰ ਅਤੇ ਸੱਚਮੁੱਚ ਇਹ ਨਹੀਂ ਵੀ ਸਾਰੇ, ਕੋਈ ਧਰਮ ਨਾਲ ਵੀ ਵੱਧ ਗਏ ਹੋਣਗੇ, ਗੁਰੂ ਨੇ ਵਧਾ ਦਿੱਤਾ ਹੋਊ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਕਿਸੇ ਨੂੰ ਕਰ ਵੀ ਦਿੱਤਾ ਹੋਊ। ਮਗਰ ਬਹੁਤਾਤ ਇੱਥੇ ਜਿਹੜੇ ਬੱਚੇ ਸ਼ਿਕਾਇਤਾਂ ਲਾਉਂਦੇ, ਹੁਣ ਜਿਹੜੇ ਅਮੈਰੀਕਾ ਦੇ ਵਿੱਚ ਬੈਠੇ ਸਾਡੇ ਟਰਾਂਸਪੋਰਟਰ ਭਰਾ,
ਉਹ ਜਿਹੜੇ ਬੱਚੇ ਵਿਚਾਰੇ ਬਾਹਰੋਂ ਆਉਂਦੇ ਨੇ ਡੰਕੀ ਕਹਿੰਦੇ ਕੀ ਕਹਿੰਦੇ ਜੋ ਵੀ ਪਤਾ ਸਮਝ ਗਏ ਤੁਸੀਂ, ਉਹਦੇ ਰਾਹੀਂ ਬੱਚੇ ਵਿਚਾਰੇ ਮੌਤ ਦੇ ਮੂੰਹ ਵਿੱਚੋਂ ਦੀ ਲੰਘ ਕੇ ਆਉਂਦੇ, ਦੀਵਾਰਾਂ ਲੰਘ ਕੇ ਜੇਲ੍ਹਾਂ ਦੇ ਵਿੱਚੋਂ ਦੀ, ਉਹਨਾਂ ਨੂੰ ਟਰੱਕ 'ਤੇ ਚੜ੍ਹਾਉਂਦੇ, ਉਹਨਾਂ ਰਾਹੀਂ ਨਸ਼ਿਆਂ ਦਾ ਵਪਾਰ ਕਰਦੇ। ਜਦੋਂ ਉਹ ਬੱਚਾ ਫੜਿਆ ਜਾਂਦਾ ਉਹ ਸਾਰੀ ਉਮਰ ਜੇਲ੍ਹ 'ਚ ਸਰ ਜਾਂਦਾ ਹੈ, ਮੈਂ ਫਿਰ ਬਚ ਗਿਆ, ਮੈਂ ਤਾਂ ਨਹੀਂ ਸੀ ਇਹਨੂੰ ਦਿੱਤਾ ਨਸ਼ਾ। ਇਹ ਜਿਹੜੀ ਪਾਪ ਦੀ ਕਮਾਈ ਹੈ, ਮੇਰਾ ਸਤਿਗੁਰੂ ਪਾਤਸ਼ਾਹ ਕਹਿੰਦੇ ਪਾਪ ਲੱਦੇ ਅਤੇ ਪਾਪੇ ਪਸਾਰਾ। ਹੁਣ ਅੱਗੇ ਜਾ ਕੇ ਕਹਿੰਦੇ ਜੇ ਕੋਈ ਜੀਵ ਆਤਮਾ ਪਰ ਹਰ ਪਾਪ, ਬੋਲੋ ਪਰ ਹਰ ਮਣੇ ਛੱਡ ਕੇ, ਪਰ ਹਰ ਪਾਪ ਪਛਾਣੇ ਆਪ, ਪਾਪਾਂ ਨੂੰ ਛੱਡ ਕੇ ਕੋਈ ਆਪਣੀ ਅਸਲੀਅਤ ਨੂੰ ਪਛਾਣੇ, ਹਾਜ਼ਰ ਹੋ, ਪਾਪਾਂ ਨੂੰ ਛੱਡ ਕੇ ਕੋਈ ਬੰਦਾ ਆਪਣੀ ਅਸਲੀਅਤ ਨੂੰ ਪਛਾਣੇ ਵੀ ਆਖਰ ਮੈਂ ਹਾਂ ਕੀ, ਮੇਰਾ ਜੀਵਨ ਕਿਤਰਾਂ ਦਾ ਹੋਣਾ ਚਾਹੀਦਾ, ਮੈਂ ਕਿਤਰਾਂ ਦਾ ਸੱਚਾ ਸੁੱਚਾ ਗੁਰਸਿੱਖ ਹੋਣਾ ਚਾਹੀਦਾ, ਇਸ ਗੱਲ ਨੂੰ ਪਛਾਣੇ, ਬੋਲੋ ਇਸ ਗੱਲ ਨੂੰ ਪਛਾਣਦੇ ਹੀ ਨਹੀਂ ਨਾ, ਮੈਂ ਗੁਰੂ ਕਾ ਸਿੱਖ ਹਾਂ, ਮੈਂ ਗੁਰੂ ਕਾ। ਫਿਰ ਜਿਹੜਾ ਪਛਾਣ ਲੂਗਾ, ਨਾ ਤਿਸ ਸੋਗ ਵਿਜੋਗ ਸੰਤਾਪ, ਉਹਦੀ ਜ਼ਿੰਦਗੀ 'ਚ ਨਾ ਕਦੀ ਸੋਗ ਨਾ ਵਿਜੋਗ ਅਤੇ ਨਾ ਕੋਈ ਸੰਤਾਪ ਲੱਗੂਗਾ, ਜਿਹੜਾ ਪਾਪਾਂ ਨੂੰ ਛੱਡ ਕੇ ਆਪੇ ਨੂੰ ਪਛਾਣ ਲਊਗਾ। ਅੱਗੇ ਜਾ ਕੇ ਬੜੇ ਸੋਹਣੇ ਬਚਨ ਆ, ਨਰਕ ਪੜਨ, ਇਹ ਸਾਰੇ ਕੁਐਸਚਨ ਕਰੀ ਜਾਣੇ, ਨਰਕ ਪੜਨ ਤੋਂ ਕਿਉਂ ਰਹੇ ਕੁਐਸਚਨ, ਨਰਕਾਂ 'ਚ ਪੈਂਦੀ ਜਿੰਦ ਜਿਹੜੀ ਇਤਰਾਂ ਦੇ ਪਾਸੇ ਲੱਗੀ ਆ ਉਹ ਕਿਸ ਤਰ੍ਹਾਂ ਬਚ ਸਕਦੀ, ਉੱਚੀ ਉੱਚੀ ਬੋਲੋ ਫਿਰ ਪਤਾ ਲੱਗੂ। ਨਰਕ ਪੜਨ ਤੋਂ, ਜਿਹੜਾ ਪਾਪਾਂ ਦਾ ਪਸਾਰਾ ਬਣਾ ਕੇ ਬੈਠਾ ਉਹ ਨਰਕ ਪੜਨ ਤੋਂ ਤੇ ਕਿਉਂ ਬੰਚੈ ਜਮਕਾਲ, ਜਮਕਾਲ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ, ਕਿਉਂ ਆਵਣ ਜਾਣਾ ਵਿਸਰੇ, ਆਉਣ ਜਾਣ ਦਾ ਖੇਲ ਫਿਰ ਕਿਸ ਤਰ੍ਹਾਂ ਦੂਰ ਹੋਵੇ, ਝੂਠ ਬੁਰਾ ਖੈ ਕਾਲ, ਝੂਠ ਬੋਲ ਬੋਲ ਕੇ ਇੱਕ ਦਿਨ ਖੈ ਹੋ ਜਾਂਦੇ ਸਮੇਂ ਵਿੱਚ, ਮਨ ਜੰਜਾਲੀ ਵੇੜਿਆ, ਮਨ ਜੰਜਾਲਾਂ 'ਚ ਫਸਿਆ ਹੈ, ਭੀ ਜੰਜਾਲਾਂ ਮਾਏ, ਅਜੇ ਵੀ ਜੰਜਾਲਾਂ 'ਚ ਫਸਿਆ ਹੈ। ਆਖਿਆ ਜੀ ਫਿਰ ਇਹ ਸਾਰੀਆਂ ਤੁਸੀਂ ਕੁਐਸਚਨ ਕਰ, ਕਿਉਂਕਿ ਐਂਸਰ ਵੀ ਦੇ ਦਿਓ, ਪਤਾ ਲੱਗ ਰਿਹਾ ਜੀ, ਇਹ ਸਾਰੇ ਨਰਕ ਪੜਨ ਤੋਂ ਕਿਉਂ ਰਹੇ, ਕਿਉਂ ਬੰਚੇ ਜਮਕਾਲ, ਪਤਾ ਲੱਗੇ, ਕਿਉਂ ਆਵਣ ਜਾਣਾ ਵਿਸਰੇ, ਇਹ ਸਾਰੇ ਕੀ ਨੇ ਕੁਐਸਚਨ, ਜਵਾਬ ਦੇ ਦਿਓ, ਫਿਰ ਇਹ ਛੁਟਕਾਰਾ ਕਿਸ ਤਰ੍ਹਾਂ ਹੋਊਗਾ। ਕਹਿੰਦੇ ਵਿਣ ਨਾ ਵੈ ਕਿਉਂ ਛੁੱਟੀ ਹੈ, ਬੋਲੋ ਭਲਿਆ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਆਉਣਾ। ਵਾਹਿਗੁਰੂ 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 ਇਹ ਛੁਡਾਊਗਾ ਪਾਪਾਂ ਤੋਂ। ਵਾਹਿਗੁਰੂ 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 ਲੱਕ ਸਿੱਧਾ ਰੱਖੋ ਪੁੱਤ, ਲੱਕ ਸਿੱਧਾ ਰੱਖੋ, ਇਤਨਾ ਆਖੋ ਸਤਨਾਮ ਸ੍ਰੀ। ਜੇ ਨਾਮ ਨਾ ਜਪਿਆ ਤੇ ਪਾਪੇ ਪਚੇ ਪਚਾਏ, ਪਾਪਾਂ ਵਿੱਚ ਹੀ ਲੋਕ ਪਚ ਜਾਂਦੇ ਨੇ, ਖਤਮ ਹੋ ਜਾਂਦੇ, ਪਚ ਗਿਆ ਖਤਮ ਹੋ ਗਿਆ, ਜਦੋਂ ਭੋਜਨ ਤੁਹਾਡੇ ਅੰਦਰ ਜਾ ਕੇ ਖਤਮ ਹੋ ਜਾਂਦਾ ਹੈ ਤੇ ਆਪਾਂ ਕਹਿੰਦੇ ਉਹ ਪਚ ਗਿਆ ਮੈਨੂੰ ਰੋਟੀ, ਹੈ ਨਾ। ਇਸ ਤਰ੍ਹਾਂ ਹੀ ਜੀਵ ਆਤਮਾ ਪਾਪਾਂ ਦੇ ਵਿੱਚ ਹੀ ਪਚ ਜਾਂਦੀ ਆ, ਇੱਕੋ ਹੀ ਵੇ ਹੈ, ਵਿਣ ਨਾਮ ਹੈ ਕਿਉਂ ਛੁੱਟੀਏ, ਬੋਲੋ ਸਹਿਣ ਕੀ ਆ, ਆ ਬੱਚੇ ਦੱਸੋ ਸਹਿਣ ਕੀ ਹੈ, ਵੀ ਕੀ ਕਰਨਾ ਪਊ,
ਨਾਮ ਜਪਣਾ ਪਊ। ਇਸ ਕਰਕੇ ਮੇਰਾ ਪੁੱਤ ਇਸ ਨਵੀਂ ਉਮਰ 'ਚ ਹੀ ਚੌਂਕੜਾ ਮਾਰਨਾ ਸ਼ੁਰੂ ਕਰੋ। 22 ਘੰਟੇ ਤੁਸੀਂ ਸਮਾਜ ਦਾ ਕੰਮ ਕਰੋ, ਸੰਸਾਰ ਦਾ ਕਰੋ, ਫੀਸਾਂ ਵੀ ਕੱਢਣੀਆਂ, ਘਰ ਵੀ ਭੇਜਣਾ ਕੁਛ, ਮਗਰ 2 ਘੰਟੇ ਗੁਰੂ ਨੂੰ ਦੇ ਦਿਓ। 1 ਘੰਟਾ ਸਵੇਰੇ, 1 ਘੰਟਾ ਸ਼ਾਮ ਨੂੰ, ਇੰਨਾ ਹੀ ਬਹੁਤ ਆ, ਇੰਨਾ ਹੀ ਬਹੁਤ ਆ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੇ ਨਾ ਕਾਈ, ਕੋਈ ਭੁੱਖ ਨਹੀਂ ਰਹੂਗੀ, ਗੁਰੂ ਵੱਲ ਨੂੰ ਮੂੰਹ ਕਰੋ। ਸਤਿਗੁਰੂ ਕਿਰਪਾ ਕਰਨ, ਕੱਲ੍ਹ ਵਾਲਾ ਬਚਨ ਫਿਰ ਅੱਗੇ ਜਾ ਕੇ ਬੜਾ ਪਿਆਰਾ ਹੈ, ਆ ਸੁਣ ਲਓ ਜੀ। ਫਿਰ ਫਾਹੀ, ਉੱਚੀ ਬੋਲੋ ਸਾਰੇ, ਉੱਤੇ ਕੀ ਲਿਖਿਆ? ਫਿਰ ਕਿਹੜੇ ਕਊਏ ਦੀ ਗੱਲ ਕੀਤੀ? ਇੱਧਰ ਵੇਖੋ ਜੀ, ਕਿਹੜੇ ਕਊਏ ਦੀ ਗੱਲ ਕੀਤੀ? ਕਹਿੰਦਾ ਨਹੀਂ ਮੇਰੀ, ਨਾ ਨਾ ਮਰਦ ਪਾਣ ਮੇਰੀ ਕੀਤੀ, ਮੈਂ ਹੀ ਫਸਦਾ ਵਾਰ ਵਾਰ, ਇੱਥੋਂ ਸੁਣ ਕੇ ਚੱਲਿਆ ਵਾਂ, ਸਾਹਮਣੇ ਮਾਲ ਆਇਆ ਤਾਂ ਫਿਰ ਫਸ ਜਾਣਾ ਹੈ। ਹਾਂ ਵੀ ਮੱਲੀ ਸੁਣ ਰਹੇ ਹੋ, ਸਾਹਮਣੇ ਕਿਤੇ ਗੱਫਾ ਆਇਆ ਫਿਰ ਫਸ ਜਾਣਾ ਹੈ। ਤੂੰ ਪਾਪ ਕਹਿ ਕੇ, ਪਾਪੀ ਨੂੰ ਕਹਿ ਕੇ, ਕਿਸੇ ਨੂੰ ਕਹਿ ਕੇ ਛੁੱਟਦਾ ਹੈ। ਮੈਂ ਇਸ ਕੁਐਸਚਨ ਤੁਹਾਨੂੰ ਤਾਂ ਪੁੱਛਿਆ ਸੀ ਵੀ ਕਊਆ ਕੌਣ, ਮਰਦ ਬਣ ਜਾਓ ਤਾਂ ਕਹਿੰਦੇ ਮੈਂ ਇੱਥੇ ਫਸ ਰਿਹਾ ਬਹੁਤ, ਰੋਜ਼ ਇੱਥੋਂ ਨਿਕਲਦਾ ਤਾਂ ਇੱਥੇ ਫਸ ਗਿਆ, ਇੱਥੋਂ ਨਿਕਲਦੇ। ਇਹ ਕੱਲ੍ਹ ਵਿਚਾਰ ਕਰਾਂਗੇ, ਸਮੇਂ ਸਿਰ ਆਇਓ। ਕੱਲ੍ਹ ਸ਼ਾਮ ਦੀ ਕਥਾ ਹੋਊਗੀ, ਦੁਪਹਿਰੇ ਨਹੀਂ, ਸ਼ਾਮ ਨੂੰ ਇਹੋ ਟਾਈਮ ਫਿਰ ਆਨੰਦ ਮਾਣਾਂਗੇ। ਗੁਰੂ ਅੱਗੇ ਅਰਦਾਸ ਕਰਿਓ 18 ਤਰੀਕ ਤੱਕ ਮਹਾਰਾਜ ਇਸੇ ਤਰ੍ਹਾਂ ਰਸ ਬਣਾਈ ਜਾਣ। ਕੋਈ ਬੋਲ ਇਸ ਤਰ੍ਹਾਂ ਦਾ ਮੂੰਹ ਚੁੱਕ ਡਾਵੇ ਜਿਹਦੇ ਨਾਲ ਕਿਸੇ ਨੂੰ ਹਰਟ ਹੋਵੇ, ਕਿਸੇ ਨੂੰ ਦੁੱਖ ਹੋਵੇ, ਸਰਬੱਤ ਦੇ ਭਲੇ ਦੇ ਬੋਲ ਸਤਿਗੁਰੂ ਬੁਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਪੰਥ।